ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਵਰ ਪਹਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਤਹਿ ਬੈਠਾਇਓ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਰ ਪਹਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬਿਠਾਇਓ। ਰਹੱਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪੈ। ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ। ਕਾਟੇ ਸੋ ਪਾਪ ਤਿਨ ਨਰਹੂ ਕੇ, ਗੁਰ ਰਾਮਦਾਸ ਜਿਨ ਪਾਇਓ। ਚਤੁਰ ਸਿੰਘਾਸਨ ਪ੍ਰਿਥਮੀ, ਗੁਰੂ ਅਰਜੁਨ ਕਉ ਦੇ ਆਇਓ। ਕਾਟੇ ਸੋ ਪਾਪ ਤਿਨ ਨਰਹੂ ਕੇ, ਗੁਰ ਰਾਮਦਾਸ ਜਿਨ ਪਾਇਓ। ਚਤੁਰ ਸਿੰਘਾਸਨ ਪ੍ਰਿਥਮੀ, ਗੁਰ ਅਰਜੁਨ ਕਉ ਦੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼, ਢਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਸ਼ਾਮ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ। ਲੜੀਵਾਰ ਜੋ ਸ਼ਾਮਾਂ ਦੇ ਸਮੇਂ ਬਾਣੀ ਦਾ ਵਿਚਾਰ ਹੋ ਰਿਹਾ ਹੈ, ਉਸ ਵਿੱਚ ਸਵਈਏ ਮਹੱਲੇ ਪੰਜਵੇਂ ਕੇ ਗੁਰੂ ਅਰਜਨ ਮਹਾਰਾਜ ਜੀ ਦੀ ਸਤੁਤੀ ਵਿੱਚ ਉਚਰਿਤ ਕੀਤੇ ਗਏ ਪਾਵਨ ਬਚਨ, ਜੋ ਭੱਟ ਹਰਬੰਸ ਜੀ ਦੁਆਰਾ ਉਚਰਿਤ ਕੀਤੇ ਗਏ ਨੇ, ਉਹਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਇਹ ਸਵਈਏ ਜਾਂ ਸਵਈਆਂ ਦੀ ਬਾਣੀ ਦੇ ਵਿੱਚੋਂ ਲਾਸਟ ਸਵਈਆ ਹੈ ਜੋ ਆਪ ਸਰੋਤ ਪਾ ਰਹੇ ਸੀ। ਬੀਤੇ ਕਾਲ ਦੀ ਤਕਰੀਰ ਅਸੀਂ ਕਰ ਰਹੇ ਸੀ, ਸਮਾਂ ਸੀਮਤ ਹੋਣ ਕਰਕੇ ਸਾਨੂੰ ਦਰਮਿਆਨ ਹੀ ਇਸਨੂੰ ਰੈਪਅਪ ਕਰਨਾ ਪਿਆ। ਅੱਜ ਯਤਨ ਕਰਾਂਗੇ ਕਿ ਇਸਨੂੰ ਸੰਪੂਰਨ ਰੂਪ ਵਿੱਚ ਅਸੀਂ ਸਮਝ ਸਕੀਏ। ਬਚਨ ਪ੍ਰਾਰੰਭ ਕਰਦੇ ਹਾਂ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਵਰ ਪਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬਿਠਾਇਓ। ਅਧਿਆਤਮ ਤਲ ਦੇ ਉੱਤੇ, ਜਿਹਨੂੰ ਅਸੀਂ ਹੁਣ ਸਪਿਰਿਚੁਅਲ ਲੈਵਲ ਕਹਿ ਸਕਦੇ ਹਾਂ, ਬਲੀਵ ਜਿਹੜਾ ਆ ਇਹ ਮੇਨ ਰੋਲ ਪਲੇ ਕਰਦਾ ਹੈ। ਉਸ ਬਲੀਵ ਦੇ ਅੰਦਰ, ਜਿਹਨੂੰ ਵਿਸ਼ਵਾਸ ਕਹਿ ਲਓ, ਅਕੀਦਤ ਕਹਿ ਲਓ, ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਫਿਰ ਸਾਡੇ ਖਿਆਲਾਂ 'ਚ, ਸਾਡੇ ਵਿਚਾਰਾਂ 'ਚ, ਸਾਡੇ ਥੋਟ ਪ੍ਰੋਸੈਸ ਦੇ ਨਾਲ ਹੁੰਦੀਆਂ ਹਨ। ਹੁਣ ਸੁਪੋਜ਼ ਕਰੋ ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ ਅਤੇ ਆਪਾਂ ਸਿੰਪਲ ਜਿਹੀ ਲੈਂਗੁਏਜ 'ਚ ਕਹਾਂਗੇ ਰੱਬ ਦਾ ਘਰ ਹੈ, ਅਤੇ ਸਿੱਧਾ ਇੱਕ ਜਨਰਲ ਕੁਐਸਚਨ ਆਉਂਦਾ ਹੈ, ਕਿੱਥੇ ਆ ਰੱਬ, ਕਿੰਨੇ ਵੇਖਿਆ ਰੱਬ, ਇੱਥੋਂ ਬਾਤ ਸ਼ੁਰੂ ਹੋ ਜਾਂਦੀ ਹੈ। ਸੋ ਉਹਦੇ 'ਚ ਇਹ ਹੈ ਕਿ
ਜੋ ਅਸੀਂ ਰੈਸ਼ਨਲ ਸਾਈਡ ਤੋਂ ਬਹੁਤ ਕੁਝ ਦੇਖਦੇ ਹਾਂ, ਵੇ ਮਾਣਦੇ ਹਾਂ, ਕਈ ਵਾਰੀ ਉਨੇ ਹੀ ਸੰਸਾਰ ਨਹੀਂ ਹੁੰਦਾ, ਉਸ ਤੋਂ ਕਿਤੇ ਵੱਧ ਕੇ ਹੁੰਦਾ ਆ। ਜਿਹੜੀਆਂ ਚੀਜ਼ਾਂ ਇਰੈਸ਼ਨਲ ਵੇ ਦੇ ਨਾਲ ਸਾਡੇ ਜੀਵਨ 'ਚ ਵਾਪਰਦੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਉਸ ਰੂਪ ਵਿੱਚ ਅਹਿਸਾਸਦੇ ਹਾਂ। ਹੁਣ ਇਹ ਹੈ ਕਿ ਸੰਸਾਰਕ ਤੌਰ 'ਤੇ ਜੀਆਂ ਦਾ ਆਉਣਾ, ਜੀਆਂ ਦਾ ਗੁਜ਼ਰ ਜਾਣਾ ਇਹ ਕਰਤਾਰ ਦੀ ਕੁਦਰਤ ਦੀ ਵੱਡੀ ਖੇਡ ਹੈ। ਬੀਤੇ ਕੱਲ੍ਹ ਅਸੀਂ ਬੜੀ ਡਿਟੇਲਡ ਵੇ ਨਾਲ ਇੱਥੇ ਬਾਤ ਕੀਤੀ ਸੀ। ਢੂਕ ਮਾਤਰੀ ਬੇਨਤੀ ਕਰਕੇ ਬਚਨ 'ਤੇ ਅੱਗੇ ਵੱਧ ਰਿਹਾ। ਜੀ ਆਉਂਦੇ ਅਤੇ ਆਖਿਰਕਾਰ ਵਾਪਸ ਤੱਤਾਂ 'ਚ ਸਮਾ ਜਾਂਦੇ। ਗੁਰੂ ਅਰਜਨ ਸਾਹਿਬ ਦੇ ਸ਼ਬਦ ਅਸੀਂ ਵਿਚਾਰਿਆ ਸੀ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਵਾਰੇ ਕੌਣ ਮੁਵਾ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਜਿਹਨੂੰ ਅਸੀਂ ਲਾਈਫ ਕਹਿ ਰਹੇ ਹਾਂ, ਦਿਸ ਇਜ਼ ਏ ਐਵੋਲੂਸ਼ਨ ਆਫ ਫਾਈਵ ਐਲੀਮੈਂਟਸ। ਫਾਈਵ ਐਲੀਮੈਂਟਸ ਜਿਹੜੇ ਸੀ ਇਵੋਲਵ ਹੋਏ, ਐਂਡ ਡਿਊ ਟੂ ਦੈਟ ਰੀਜ਼ਨ ਵੀ ਆਰ ਏਬਲ ਟੂ ਸੀ ਦਿਸ ਲਾਈਫ ਵਿਚ ਇਜ਼ ਹੈਪਨਿੰਗ ਟੂ ਅਸ। ਜਿਹੜੀ ਸਾਡੀ ਆ ਜ਼ਿੰਦਗੀ ਚੱਲ ਰਹੀ ਹੈ ਸਾਰੇ ਦੀ ਸਾਰੀ, ਇਹਦਾ ਸਾਰ ਤੱਤ ਇਹੀ ਹੈ ਕਿ ਉਸ ਜਿਹਨੂੰ ਸਟੀਫਨ ਹਾਕਿੰਗਸ ਕਹਿੰਦਾ ਆ ਕਿ ਗੋਡਲੀ ਪਾਰਟੀਕਲ ਐਬਿਲਿਟੀ ਹੈ ਜਿਹੜੀ ਇਹਨਾਂ ਪੰਜ ਤੱਤਾਂ ਨੂੰ ਗਲੂ ਕਰਕੇ ਰੱਖਦੀ ਹੈ ਆਪਸ ਵਿੱਚ, ਜਿਹਨੂੰ ਗੁਰੂ ਬਾਬਾ ਜੀ ਸੰਯੋਗ ਕਹਿੰਦੇ ਨੇ, ਸੰਯੋਗ ਵਿਯੋਗ ਦੋਇ ਕਾਰ ਚਲਾਵੇਂ। ਇੱਕ ਸਮਾਂ ਆਉਂਦਾ ਜਦੋਂ ਇਹ ਨੇਚਰ ਦੇ ਲਾਅ ਦੇ ਵਿੱਚ ਵਿਯੋਗ ਹੁੰਦਾ, ਵੈਨ ਦੀਜ ਐਲੀਮੈਂਟਸ ਕੈਨ ਨੋਟ ਗੋ ਟੂਗੈਦਰ ਐਨੀ ਮੋਰ, ਦੈਨ ਦੇ ਗੈਟ ਐਕਚੁਅਲੀ ਡਿਸਮੈਂਟਲ, ਡਿਸਮੈਂਟਲ ਪ੍ਰੋਸੈਸ ਸ਼ੁਰੂ ਹੋ ਜਾਂਦਾ, ਉਸਨੂੰ ਅਸੀਂ ਮੌਤ ਦਾ ਰੂਪ ਕਹਿੰਦੇ ਹਾਂ। ਸੋ ਉਹਦੇ ਤੋਂ ਬਾਅਦ ਪਾਣੀ 'ਚ ਪਾਣੀ ਚੱਲਿਆ ਗਿਆ, ਹਵਾ 'ਚ ਹਵਾ ਚਲੀ ਗਈ, ਮਿੱਟੀ 'ਚ ਮਿੱਟੀ ਚਲੀ ਗਈ, ਮਤਲਬ ਸਾਰਾ ਤੱਤ ਇਸ ਰੂਪ ਵਿੱਚ ਹੋ ਗਏ। ਪਰ ਉਸ ਹਵਾ ਪਾਣੀ ਮਿੱਟੀ ਨੂੰ ਜੋ ਸਾਰੀ ਇਹ ਐਕਟੀਵਿਟੀ ਬਖਸ਼ ਰਿਹਾ ਸੀਗਾ ਉਹ ਕੀ ਸੀਗਾ? ਉਸਨੂੰ ਰੂਹ ਆਤਮਾ, ਜਿਵੇਂ ਬੋਡ ਗੋਡਲੀ ਪਾਰਟੀਕਲ ਐਬਿਲਿਟੀ ਕਿਹਾ ਆ, ਉਹ ਕੁਦਰਤ ਦੀ ਐਗਜਿਸਟੈਂਸ ਦੀ ਐਨਰਜੀ ਇਸ ਰੂਪ ਵਿੱਚ ਕਿਹਾ ਜਾਂਦਾ, ਕਹਿੰਦੇ ਉਹ ਫਿਰ ਪਰਮ ਐਨਰਜੀ ਦੇ ਚੋਹ ਦੇ 'ਚ ਜਾ ਕੇ ਸਮਾ ਜਾਂਦੇ, ਇਸ ਰੂਪ ਵਿੱਚ ਬਾਤ ਹੁੰਦੀ। ਸੋ ਉਹਦੇ ਬਾਬਤ ਫਿਰ ਕਈ ਤਰ੍ਹਾਂ ਦੇ ਖਿਆਲਾਤ ਪ੍ਰਗਟ ਕੀਤੇ ਜਾਂਦੇ ਵੀ ਆਹ ਖਿਆਲ ਹੈ, ਆਹ ਖਿਆਲ ਹੈ। ਹਾਲਾਂਕਿ ਉਹ ਸਾਰੇ ਖਿਆਲ ਜੋ ਅਸੀਂ ਸੰਸਾਰਕ ਤੌਰ 'ਤੇ ਲੋਕ ਹਾਂ, ਸਾਡੇ ਜੋ ਇਸ ਚੀਜ਼ ਨੂੰ ਵੇਖ ਸਕਦੇ ਹਾਂ, ਮਾਣ ਸਕਦੇ ਹਾਂ, ਜੀ ਸਕਦੇ ਹਾਂ, ਇਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੁੰਦੇ ਨੇ। ਅਤੇ ਇਹਦੇ ਸਦਕਾ ਸਾਡੀ ਜਿਹੜੀ ਜ਼ਿੰਦਗੀ ਦਾ ਨੋਸ਼ਨ ਅਤੇ ਮੋਸ਼ਨ ਆ ਉਹ ਬਣਿਆ ਰਹਿੰਦਾ ਉਸ ਰੂਪ ਵਿੱਚ। ਹੁਣ ਮਹਾਰਾਜ ਜਿਸ ਪ੍ਰਸੰਗ 'ਚ ਇਹ ਬਾਤ ਹੋ ਰਹੀ ਹੈ ਸਾਰੇ ਦੀ ਸਾਰੀ, ਉਹਦੇ 'ਚ ਹਜ਼ਾਰਾਂ ਸਾਲਾਂ ਦਾ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਅਨ ਖਿੱਤੇ 'ਚ ਪ੍ਰਸੰਗ ਰਿਹਾ ਕਿ ਕੋਈ ਪੁਰੀਆਂ ਨੇ, ਕੋਈ ਇੰਦਰਪੁਰੀ ਹੈ, ਕੋਈ ਸ਼ਿਵਪੁਰੀ ਹੈ, ਕੋਈ ਬ੍ਰਹਮਪੁਰੀ ਹੈ, ਕੋਈ ਇਸ ਕਿਸਮ ਦੀ ਬਾਤ ਹੁੰਦੀ ਹੈ। ਅਤੇ ਉਹਦੇ ਵਿੱਚ ਜੀਵਾਤਮਾ ਜਿਹੜੀ ਆ ਸਫ਼ਰ ਕਰਦੀ ਹੈ, ਇੱਕ ਦੇ ਦੋ ਤਿੰਨ ਚਾਰ ਉਸ ਰੂਪ ਦੇ ਵਿੱਚ। ਸੋ ਉਸੇ ਚੀਜ਼ ਨੂੰ ਹੀ ਇੱਕ ਮੈਟਾਫੋਰਿਕ ਵੇ ਦੇ ਨਾਲ ਬਿਆਨ ਕੀਤਾ ਗਿਆ। ਪਰ ਉਸ ਮੈਟਾਫੋਰਿਕ ਵੇ ਨਾਲ ਬਿਆਨ ਕਰਦਿਆਂ ਹੋਇਆਂ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਕਰਦੇ ਹੋਏ ਇਹ ਦੱਸਿਆ ਕਿ ਗੁਰੂ ਅਰਜਨ ਸਾਹਿਬ ਦੀ ਵਡਿਆਈ ਕਿੰਨੀ ਹੈ, ਜਿਨ੍ਹਾਂ ਨੇ ਐਸੇ ਸਕਸੈਸਰ ਨੂੰ ਧਰਤੀ 'ਤੇ ਆਮਦ ਵਿੱਚ ਲਿਆਂਦਾ, ਉਹਨਾਂ ਨੂੰ ਸਾਡੇ ਸਾਹਮਣੇ ਪ੍ਰਗਟ ਕਰ ਦਿੱਤਾ। ਬੀਤੇ 'ਚ ਹੀ ਬਾਤ ਪਾਈ ਸੀ ਕਿਉਂਕਿ ਬਦਲਦੇ ਮੁਹਾਜ 'ਚ ਚੀਜ਼ਾਂ ਸਾਨੂੰ ਉਸ ਤਰੀਕੇ ਨਾਲ ਨਾ ਤਾਂ ਸਮਝ ਆ ਰਹੀਆਂ, ਨਾ ਅਸੀਂ ਦੇਖ ਪਾ ਰਹੇ ਹਾਂ। ਜਿਵੇਂ ਅੱਜ ਦਾ ਜੇ ਸਟਰਕਚਰ ਦੇਖਿਆ ਜਾਏ ਤਾਂ ਇਤਨੀ ਤੇਜ਼ ਰਫਤਾਰ ਚਾਰ ਚੁਫੇਰੇ ਪਕੜ ਲਈ ਹੈ ਸਾਡੀ ਜ਼ਿੰਦਗੀ ਨੇ, ਸਾਨੂੰ ਜੋ ਕੁਝ ਖਿਲਰ ਰਿਹਾ, ਜੋ ਕੁਝ ਬਿਖਰ ਰਿਹਾ ਉਹਦਾ ਵੀ ਕੋਈ ਅੰਦਾਜ਼ਾ ਨਹੀਂ ਹੈ। ਜੇ ਆਪਾਂ ਦੇਖੀਏ ਨਾ, ਆਪਾਂ ਕੈਨੇਡਾ 'ਚ ਰਹਿੰਦੇ ਹਾਂ ਨੌਰਥ ਅਮੈਰੀਕਾ ਦੇ ਅੰਦਰ, ਅਤੇ ਸਾਡੀ ਸਾਰੀ ਜਿਹੜੀ ਭੱਜ ਨੱਠ ਆ
ਉਹ ਵੀਕਡੇ ਅਤੇ ਵੀਕਐਂਡ ਦੇ ਵਿੱਚ ਖਤਮ ਹੋ ਜਾਂਦੀ ਹੈ। ਵੀਕਡੇ ਸ਼ੁਰੂ ਹੋਇਆ, ਜਸਟ ਗੋ ਟੂ ਵਰਕ, ਡੂ ਯੋਰ ਜੋਬ ਐਂਡ ਆਲ ਦੀਸ ਥਿੰਗਸ, ਵੀਕਐਂਡ ਦੀ ਵੇਟ, ਵੀਕਐਂਡ ਦੇ ਵਿੱਚ ਥੋੜ੍ਹੀ ਐਨਰਜੀ ਫਿਰ ਗੈਦਰ ਕੀਤੀ। ਫਿਰ ਇਸੇ ਰੂਪ ਸਾਰੇ ਦੇ ਵਿੱਚ ਹੀ ਜਿਹੜੀ ਚੀਜ਼ ਸਾਡੇ ਕੋਲ ਸਭ ਤੋਂ ਵੱਧ ਇੱਥੇ ਅਸੀਂ ਲੈਕ ਕਰ ਰਹੇ ਹਾਂ, ਦੈਟ ਇਜ਼ ਟਾਈਮ। ਸਮਾਂ ਨਹੀਂ ਹੈ, ਸਮਾਂ ਨਹੀਂ ਹੈ, ਜੋ ਸਮੇਂ ਦੀ ਜਿਹੜੀ ਖਾਸ ਕਰਕੇ ਕਹਿ ਲਓ ਲੈਕਿੰਗ ਹੈ, ਜਿਹੜੀ ਸਮੇਂ ਦੀ ਸਾਡੇ ਕੋਲ ਕਮੀ ਹੈ, ਉਹਦੇ ਸਦਕਾ ਬਹੁਤ ਸਾਰੀਆਂ ਚੀਜ਼ਾਂ ਪਛੜ ਰਹੀਆਂ ਨੇ। ਸਭ ਤੋਂ ਪਹਿਲੀ ਜਿਹੜੀ ਚੀਜ਼ ਪਛੜ ਰਹੀ ਉਹ ਹੈ ਸੈਲਫ ਕੇਅਰ। ਮੇਨ ਬੰਦੇ ਨੂੰ ਆਪਣਾ ਹੀ ਨਹੀਂ ਪਤਾ ਵੀ ਆਪਣੇ ਆਪ ਦੀ ਕੇਅਰ ਕਿਵੇਂ ਕਰਨੀ ਹੈ। ਉਹ ਫਿਜ਼ੀਕਲ ਸਾਈਡ 'ਤੇ ਹੋ ਸਕਦੀ ਹੈ, ਮੈਂਟਲ ਸਾਈਡ 'ਤੇ, ਸਪਿਰਿਚੁਅਲ ਸਾਈਡ 'ਤੇ, ਕਹਿਣੇ ਕੀ ਨੇ ਆਪ ਦੇਖੋਗੇ, ਟੋਟਲ ਬੈਂਕਰਪਸੀ ਹੋਈ ਵੀ ਸਾਰੇ ਦੀ ਸਾਰੀ। ਫਿਰ ਉਸ ਤੋਂ ਬਾਅਦ ਆਲੇ ਦੁਆਲੇ ਰਿਸ਼ਤੇ ਨਾਤੇ ਸੰਬੰਧ, ਉਹਨਾਂ ਦੀ ਕੇਅਰ ਕਰਨੀ, ਸੋ ਵੀ ਛੁੱਟਦੀ ਜਾ ਰਹੀ। ਉਹਦੇ ਅੰਦਰ ਫਿਰ ਜਿਹੜਾ ਸਾਡੇ ਆਪਣੀ ਜਿੱਥੋਂ ਸੈਂਸ ਆਫ ਬਿਲੋਂਗਿੰਗ ਆਉਂਦੀ ਹੈ ਸਾਡੀ, ਕਮਿਊਨਿਟੀ ਸੈਂਸ, ਕਮਿਊਨਿਟੀ ਐਜੂਕੇਸ਼ਨ, ਉਹ ਵੀ ਖਤਮ ਹੋਈ ਜਾ ਰਹੀ। ਜੇ ਸਾਰੀਆਂ ਅਲਾਮਤਾਂ, ਅਤੇ ਉਹਦਾ ਫਿਰ ਪ੍ਰਗਟਾਵ ਵੀ ਹੋ ਰਿਹਾ ਆ, ਪ੍ਰਗਟਾਵ ਹੋ ਰਿਹਾ ਸਾਡੇ ਬਿਹੇਵੀਅਰ ਦੇ ਜ਼ਰੀਏ। ਅੱਜ ਜਿਸ ਸਮੇਂ 'ਚੋਂ ਗੁਜ਼ਰ ਰਹੇ ਹਾਂ, ਮੈਂ ਮੈਂਟਲ ਹੈਲਥ ਦੇ ਬਾਬਤ ਚੀਜ਼ਾਂ ਪੜ੍ਹਦਾ, ਅਤੇ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਆ ਰਹੀਆਂ ਨੇ। ਜਿਵੇਂ ਤੁਸੀਂ ਰੀਸੈਂਟਲੀ ਆਟੋ ਇਮਿਊਨ ਡਿਜ਼ੀਜ਼ ਬਾਰੇ ਸੁਣਿਆ ਹੋਣਾ, ਆਟੋ ਇਮਿਊਨ ਡਿਜ਼ੀਜ਼, ਸਾਡੀ ਜਿਹੜੀ ਇਮਿਊਨਿਟੀ ਹੈ ਉਹ ਵੀਕ ਹੋਈ ਜਾਂਦੀ ਆਪਣੇ ਆਪ ਹੀ। ਇੱਕ ਵੱਡੇ ਲੈਵਲ 'ਤੇ ਅਲਾਮਤ ਹੋ ਗਈ ਹੈ ਕਿ ਇਮਿਊਨਿਟੀ ਬੰਦੇ ਦੀ, ਬੰਦੇ ਦਾ ਇਮਿਊਨ ਸਿਸਟਮ ਜਿਹੜਾ ਉਹ ਵੀਕ ਹੋਈ ਜਾ ਰਿਹਾ, ਵੀਕਨਿੰਗ ਹੋ ਰਿਹਾ, ਉਹਦੇ 'ਚ ਸਟਰੈਂਥ ਨਹੀਂ ਰਹਿ ਗਈ। ਉਹਦੇ ਡਾਇਰੈਕਟ ਕਈ ਵਾਰੀ ਰੀਜ਼ਨ ਵੀ ਨਜ਼ਰ ਨਹੀਂ ਪੈਂਦੇ, ਇਨਡਾਇਰੈਕਟ ਰੀਜ਼ਨ ਕਹਿੰਦੇ ਨੇ, ਕਹਿੰਦੇ ਸਟ੍ਰੈਸ ਹੈ, ਆਹ ਹੈ ਇਸ ਰੂਪ ਵਿੱਚ। ਪਰ ਉਹ ਸਾਰੇ ਨੂੰ ਰਿਪੇਅਰ ਕਿਹਨੇ ਕਰਨਾ ਸੀਗਾ? ਰਿਪੇਅਰ ਉਸ ਸਾਰੇ ਨੂੰ ਕਰਨਾ ਸੀਗਾ ਤੁਹਾਡੀ ਜਿਹੜਾ ਅੰਦਰ ਇੱਕ ਕਹਿ ਲਓ ਕਿ ਤੁਹਾਡੇ ਸੈਟਿਸਫੈਕਸ਼ਨ ਨੇ, ਤੁਹਾਨੂੰ ਅੰਦਰ ਜੋ ਸੰਤੋਖ ਮਿਲਣਾ ਸੀਗਾ, ਤੁਹਾਨੂੰ ਜਿਹੜੀ ਸ਼ਾਂਤੀ ਮਿਲਣੀ ਸੀ, ਪੀਸ ਆਫ ਮਾਇੰਡ ਕਹਿ ਲਓ, ਉਹ ਸਭ ਅਤੇ ਉਹ ਤਾਂ ਮਿਲ ਪਾਏ ਜੇ ਉਹਦੇ ਬਾਰੇ ਅਸੀਂ ਅਵੇਅਰ ਹੋਈਏ, ਆਪਣੇ ਆਪ ਨੂੰ ਐਜੂਕੇਟ ਕਰੀਏ, ਉਹ ਸਭ ਰੂਪਾਂ ਵਿੱਚ ਲੈ ਕੇ ਆਈਏ। ਅਤੇ ਇਹਦੇ ਅੰਦਰ ਜਿਹੜਾ ਆਪਣੇ ਪਿਛੋਕੜ ਵਿੱਚ, ਆਪਣੇ ਆਲੇ ਦੁਆਲੇ ਵਿੱਚ, ਉਹਦੇ 'ਚ ਝਾਤ ਮਾਰਨੀ, ਐਜ ਏ ਬੀਂਗ ਏ ਸਿੱਖ ਅਸੀਂ ਜੇ ਦੇਖਦੇ ਹਾਂ, ਅਤੇ ਸਾਡੇ ਕੋਲ ਕਮਿਊਨਿਟੀ ਸੈਂਸ ਸਾਡੇ ਪੁਰਖਿਆਂ ਨੇ ਦਿੱਤੀ, ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀ, ਉਸ ਕਮਿਊਨਿਟੀ ਸੈਂਸ ਦੇ ਨਾਲ ਅਸੀਂ ਲੋਕ ਧਰਤੀ ਦੇ ਉੱਤੇ ਅਸੂਲਾਂ ਨੂੰ ਸਮਰਪਿਤ ਹੋ ਕੇ ਜੀਏ। ਇੱਕ ਐਸਾ ਨੇਸ਼ਨ ਜਿਹੜਾ ਨੇਸ਼ਨ ਸਿਰਫ ਅਤੇ ਸਿਰਫ ਬਿਲਕੁਲ ਕਹਿ ਲਓ ਕਿ ਡਿਵਾਈਨ ਕੋਰ ਦੇ ਉੱਤੇ, ਬਿਲਕੁਲ ਖਾਲਿਸ ਸੋਚ ਦੇ ਉੱਤੇ, ਨਾ ਹੀ ਖਾਲਸਾ ਇਸੇ ਕਰਕੇ ਸੀ, ਉਹਦੇ 'ਤੇ ਉਸਨੂੰ ਚਲਾਇਆ ਗਿਆ, ਉਹਨੂੰ ਖੰਡੇ ਦੀ ਧਾਰ ਆ, ਅਤੇ ਉਹਦੇ ਉੱਤੇ ਤੁਰਦਿਆਂ ਹੋਇਆਂ ਉਸ ਖਿੱਤੇ, ਉਸ ਮਬਾਲਿਕ ਦੇ ਵਿੱਚ ਜਿੱਥੇ ਕੋਈ ਕਿਸੇ ਦੇ ਐਥਿਕਸ ਨਹੀਂ, ਕੋਈ ਕਿਸੇ ਨੂੰ ਮਤਲਬ ਉਹ ਚੀਜ਼ਾਂ ਨਹੀਂ ਗੀਆਂ, ਉੱਥੇ ਐਥਿਕਸ ਦੀ ਪ੍ਰੈਕਟਿਸ ਹੋਈ, ਉੱਥੇ ਮਤਲਬ ਜਿਹਦਾ ਜਿਸ ਧਰਤੀ ਦਾ ਦੂਜਾ ਨਾਂ ਹੀ ਬੁਜ਼ਦਲੀ, ਡਰਪੋਕ, ਡਰ ਕਿਹਾ ਗਿਆ, ਉੱਥੇ ਬਹਾਦਰੀ, ਮਤਲਬ ਉਹ ਸਾਰੀਆਂ ਚੀਜ਼ਾਂ ਆਮਦ ਵਿੱਚ ਆ ਗਈਆਂ। ਉਸ ਸਭ ਨੂੰ ਉਹਨਾਂ ਨੇ ਉੱਥੇ ਉਜਾਗਰ ਕਰਦਿਆਂ ਹੋਇਆਂ ਜੋ ਜਿਹਨਾਂ ਉਸ ਡਿਵਾਈਨ ਪਰਸਨੈਲਿਟੀਜ਼ ਨੇ ਰੋਲ ਪਾਇਆ, ਰੋਲ ਉੱਥੇ ਪਲੇ ਕੀਤਾ, ਉਹਨਾਂ ਦੀ ਬਾਤ ਹੋ ਰਹੀ ਸਵਈਆਂ ਦੇ ਵਿੱਚ। ਉਹਦੇ 'ਚ ਗੁਰੂ ਅਰਜਨ ਸਾਹਿਬ ਦੀ ਬਾਤ ਆ ਵੀ ਕੈਸੀ ਹਸਤੀ ਹੋਏਗੀ, ਬੰਦਾ ਤਾਂ ਇੱਥੇ ਉਂਗਲ ਨੂੰ ਸੇਕ ਲੱਗੇ ਅਤੇ ਬੰਦਾ ਕਹਿੰਦਾ ਵੀ ਬਸ ਆਪਣਾ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ, ਭਾਵੇਂ ਸਾਰੀ ਦੁਨੀਆ ਵਲਦੀ ਭੱਠੀ 'ਚ ਪਾ ਦਿਓ। ਇੱਥੇ ਇੱਥੇ ਉਹ ਆਪ ਹਸਤੀ ਤੱਤੀ ਤਵੀ 'ਤੇ ਬਹਿੰਦੀ ਹੈ ਜਾ ਕੇ, ਅਤੇ ਸਾਰਾ ਕੁਛ, ਸਾਰੀਆਂ ਚੋਇਸਿਸ ਉਹਨੂੰ ਦਿੱਤੀਆਂ ਜਾਂਦੀਆਂ, ਅਤੇ ਉਹ ਕਹਿੰਦਾ ਨਹੀਂ ਨਹੀਂ, ਆਹੀ ਜਿਹੜੀ ਚੋਇਸ ਜਿਹੜੀ ਹਾਂ ਮੇਰੇ ਕੋਲ ਆ, ਆਹ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤੱਤੀ ਤਵੀ 'ਤੇ ਬਿਠਾਵਾਂਗੇ, ਮੈਂ ਇਹਦੇ 'ਤੇ ਜਾਵਾਂਗਾ। ਆਪਣੇ ਆਪ ਨੂੰ ਇਸ ਰੂਪ ਦੇ ਵਿੱਚ ਸਮਰਪਣ ਹੋ ਕੇ ਜੀਵਨ ਨੂੰ ਮਤਲਬ ਨਿਉਛਾਵਰ ਕਰ ਦੇਣਾ, ਸੋ ਇਹ ਇੱਡੀ ਵੱਡੀ ਬਖਸ਼ਿਸ਼ ਅਤੇ ਐਕਸਟ੍ਰੀਮ ਆ, ਮਤਲਬ ਸ਼ਹੀਦਾਂ ਦੇ ਸਰਤਾਜ। ਬਾਕੀ ਉਹਨਾਂ ਦਾ ਤੁਸੀਂ ਸੰਪੂਰਨ ਜੇ ਹੋਲਿਸਟਿਕ ਵੇ ਨਾਲ ਸਾਰਾ ਉਹਨਾਂ ਦਾ ਜੀਵਨ ਯਾਪਨ ਦੇਖਦੇ ਹੋ, ਤਾਂ ਫਿਰ ਪਤਾ ਲੱਗਦਾ ਵੀ
ਜਿਸ ਗ੍ਰੰਥ ਸਾਹਿਬ ਦੀ ਤਾਬੇਦਾਰੀ ਬੈਠੇ ਹਾਂ ਅਸੀਂ ਇਸ ਜਿਹਨਾਂ ਦੀ ਮਤਲਬ ਇੱਥੇ ਹਜ਼ੂਰੀ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਇਹ ਬਾਣੀ ਦਾ ਪ੍ਰਤਾਪ ਇਹ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਆ। ਜਿਹੜੀ ਵਿਰਾਸਤ ਹੈ ਸਾਡੀ ਉਸ ਵਿਰਾਸਤ ਦੇ ਕਰਨਧਾਰ ਨੇ ਗੁਰੂ ਅਰਜਨ ਸਾਹਿਬ। ਸੋ ਉਸ ਗੁਰੂ ਅਰਜਨ ਸਾਹਿਬ ਨੂੰ ਸਾਨੂੰ ਬਖਸ਼ਿਸ਼ ਕਰਨ ਵਾਲੇ ਗੁਰੂ ਰਾਮਦਾਸ ਸਾਹਿਬ ਉਹਨਾਂ ਦੀ ਵਡਿਆਈ ਪੱਟ ਸਹਿਬਾਨ ਕਰਦੇ ਅਤੇ ਕਹਿੰਦੇ ਕਮਾਲ ਇਹ ਹੈ ਵੀ ਗੁਰੂ ਰਾਮਦਾਸ ਸਾਹਿਬ ਦਾ ਜੀਵਨ ਆਪਣੇ ਜਾਚੇ ਚੱਲਦਾ ਹੋਇਆ ਸੰਪੂਰਨ ਹੋਇਆ ਅਤੇ ਜੋ ਉਹਨਾਂ ਨੇ ਕੀਤਾ ਉਹਦੇ ਮੁਤਾਬਕ ਦਿਸ ਰਿਹਾ ਕਿ ਕੈਸੀ ਪ੍ਰਾਪਤੀ ਉਹਨਾਂ ਦੀ। ਕਹਿੰਦੇ ਉਹਨਾਂ ਦੀ ਪ੍ਰਾਪਤੀ ਨੂੰ ਦੇਖ ਕੇ ਮਹਿਸੂਸ ਇਹ ਹੁੰਦਾ ਕਹਿਣਾ ਇਹ ਬਣਦਾ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ੁਰ ਪਾਇਓ। ਜਦੋਂ ਉਸ ਦੇਵਾਂ ਦੀ ਪੁਰੀ ਦੇ ਵਿੱਚ ਜਿੱਥੇ ਦੇਵਾਨ ਦੇਵ ਆਪ ਬੈਠਦਾ ਆ ਉਹਦੇ ਕੋਲ ਜਦੋਂ ਗਏ ਹੋਣਗੇ ਤੇ ਪਰਮੇਸ਼ੁਰ ਨੇ ਆਪ ਉਹਨਾਂ ਨੂੰ ਜੀ ਆਇਆ ਕਿਹਾ ਹੋਣਾ। ਪਰਮੇਸ਼ੁਰ ਆਪ ਉਹਨਾਂ ਨੂੰ ਕਹਿੰਦਾ ਵੀ ਜੋ ਸਦਕੇ ਤੁਸੀਂ ਏਡਾ ਵੱਡਾ ਕਾਰਜ ਕੀਤਾ ਹੈ। ਮੀਨ ਮਾਨਵਤਾ ਨੂੰ ਦਿਖਾਇਆ ਜਾ ਰਿਹਾ ਹੈ ਕਿ ਕੈਸੀ ਅਧਿਆਤਮ ਹਸਤੀ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਸੀਗੇ। ਫਿਰ ਕਿਹਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ੁਰ ਪਾਇਓ, ਹਰ ਸਿੰਘਾਸਨ ਦਿਓ। ਰੱਬ ਕੋਲ ਹੋਰ ਤਾਂ ਕੋਈ ਥਾਂ ਬਿਠਾਉਣ ਲਈ ਉਹਨਾਂ ਲਈ ਹੈ ਨਹੀਂ ਸੀਗੀ, ਉਹ ਆਪਣੇ ਆਸਣ ਤੋਂ ਆਪ ਹੀ ਖੜ੍ਹੇ ਹੋ ਗਏ। ਉਹਨਾਂ ਕਿਹਾ ਇੱਥੇ ਬੈਠੋ ਆ ਕੇ। ਹੁਣ ਇਹ ਸਿੱਧੇ ਤੌਰ 'ਤੇ ਬਾਤ ਕੀਤੀ ਜਾ ਰਹੀ ਹੈ। ਬੰਦਾ ਕਹਿੰਦਾ ਕਿੱਥੇ ਆ ਰੱਬ, ਕੌਣ ਹੈ ਰੱਬ, ਵਿਖਾ ਮੈਨੂੰ ਰੱਬ। ਪਟ ਸਾਹਿਬਾਨ ਕਹਿੰਦੇ ਗੁਰੂ ਅਰਜਨ ਸਾਹਿਬ ਹੋਰ ਕੀ, ਰੱਬ ਦੀ ਜੋਤੀ ਹੈ, ਬਸ ਉਹੀ ਕਰ ਸਕਦੀ ਸਾਰਾ ਕੁਛ। ਮਨੁੱਖ ਦੇ ਤਸੱਵਰ ਦੇ ਵਿੱਚ ਹੁਣ ਸਿੰਪਲ ਕਰਕੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਮੈਂ। ਅਸੀਂ ਹਿਊਮਨ ਬਿਹੇਵੀਅਰ ਦੇਖਦੇ ਹਾਂ ਨਾ, ਇਹ ਹਿਊਮਨ ਬਿਹੇਵੀਅਰ ਕਿਤੋਂ ਰਿਫਲੈਕਟ ਹੁੰਦਾ ਆ। ਕੁਝ ਅਸੀਂ ਆਪਣੇ ਆਈਡੀਅਲਸ ਫਿਕਸ ਕਰਦੇ ਹਾਂ, ਉਹਨਾਂ ਆਈਡੀਅਲਸ ਨੂੰ ਫੋਲੋ ਕਰਦੇ ਹਾਂ, ਰੋਲ ਮਾਡਲ ਬਣਾਉਂਦੇ ਹਾਂ ਅਤੇ ਉਹਦੇ ਅਕੋਰਡਿੰਗਲੀ ਅਸੀਂ ਖਾਣ ਪਾਣ ਰਹਿਣ ਸਹਿਣ ਸਭ ਬਣਾਉਂਦੇ ਹਾਂ। ਬੱਚੇ ਦੇ ਵਿੱਚ ਤੁਸੀਂ ਕੋਈ ਬਿਹੇਵੀਅਰਲ ਸਾਈਡ ਦੇ ਇਸ਼ੂਜ਼ ਦੇਖਦੇ ਹੋ ਅਤੇ ਰਾਈਟ ਵੇ ਕਹਿੰਦੇ ਹੋ ਅੱਛਾ ਤੂੰ ਆਪਣੇ ਆਪ ਨੂੰ ਸੋਚ ਵੀ ਤੇਰੇ ਅੰਦਰੋਂ ਤੇਰਾ ਫਾਦਰ ਬੋਲ ਰਿਹਾ ਕਿ ਮਦਰ ਬੋਲ ਰਹੀ ਹੈ। ਟਰਾਈ ਟੂ ਅੰਡਰਸਟੈਂਡ ਯੂਰ ਸੈਲਫ। ਜਦੋਂ ਬੱਚਾ ਥੋੜ੍ਹੀ ਜਿਹੀ ਐਫਰਟ ਪਾਉਂਦਾ ਪਤਾ ਲੱਗ ਜਾਂਦਾ ਹਾਂ ਆਈ ਸਪੀਕ ਲਾਈਕ ਮਾਈ ਡੈਡ। ਮੀਨ ਇਹ ਬਿਹੇਵੀਅਰਲ ਜਿਹੜੇ ਇਹ ਚੀਜ਼ਾਂ ਆ ਰਹੀਆਂ ਨੇ ਇਹ ਫਾਦਰ ਵਿੱਚ ਰਿਫਲੈਕਟ ਹੋ ਕੇ ਆ ਰਹੀਆਂ, ਇਹ ਮਦਰ 'ਚ ਰਿਫਲੈਕਟ ਹੋ ਕੇ ਆ ਰਹੀਆਂ। ਇਸ ਤਰ੍ਹਾਂ ਹੀ ਹੁੰਦਾ। ਹੁਣ ਇਸ ਤਰੀਕੇ ਇਸ ਰੂਪੇ ਸਮਝ ਲੈਣਾ, ਜਿੱਥੇ ਕੋਈ ਫਾਦਰ ਫਿਗਰ ਐਸੀ ਹੈ ਜਿਹਨੇ ਮਤਲਬ ਹਰ ਤਰੀਕੇ ਦੇ ਨਾਲ ਕਹਿ ਲਓ ਕਿ ਕੁਝ ਕਮੀਆਂ ਕਮਜ਼ੋਰੀਆਂ ਪ੍ਰੈਕਟਿਸ ਕੀਤੀਆਂ ਨੇ, ਅੱਗੇ ਸੋਚਦਾ ਬੱਚਿਆਂ ਨੂੰ ਨਾ, ਬੱਚਿਆਂ ਨੂੰ ਅਸਲ ਵਿੱਚ ਬੱਚਿਆਂ ਨੂੰ ਕਹਿੰਦਾ ਇਹਨਾਂ 'ਚ ਨਾ ਹੋਣੇ ਸਾਰੀਆਂ ਚੀਜ਼ਾਂ ਕਿਵੇਂ ਨਹੀਂ ਹੋਣਗੀਆਂ, ਰੋਲ ਮਾਡਲ ਕਿੱਥੋਂ ਲੈ ਕੇ ਆਓਗੇ ਤੁਸੀਂ। ਜਨਰੇਸ਼ਨ ਬਾਏ ਜਨਰੇਸ਼ਨ ਜਿਸ ਕਿਸਮ ਦੇ ਰੋਲ ਮਾਡਲ ਰਹਿਣਗੇ ਤਾਂ ਅਲਟੀਮੇਟਲੀ ਡਿਪੈਂਡ 'ਤੇ ਕੀ ਹੋਏਗਾ, ਕਹਿੰਦੇ ਨੇ ਬੰਦੇ ਦੇ ਜੀਨਸ ਹੀ ਉਵੇਂ ਦੇ ਹੋ ਜਾਂਦੇ ਨੇ, ਉਸ ਰੂਪ ਵਿੱਚ ਸਾਰੇ ਦੀ ਸਾਰੀ ਪ੍ਰਵਿਰਤੀ ਬਣ ਜਾਏਗੀ। ਇੱਥੇ ਫਿਰ ਰੋਲ ਮਾਡਲ ਕਿੱਥੋਂ ਲੱਭੇ? ਬੰਦਾ ਕਹਿੰਦਾ ਚਲੋ ਘਰੇ ਰੋਲ ਮਾਡਲ ਨਹੀਂ ਲੱਭਦੇ, ਬਾਹਰ ਲੱਭ ਲੈਂਦੇ ਹਾਂ। ਬਾਹਰ ਸਭ ਤੋਂ ਵੱਡੇ ਰੋਲ ਮਾਡਲ ਕੌਣ ਹੋਣਗੇ? ਜਿਹਨਾਂ ਦੀ ਪੂਜਾ ਕਰਦੇ ਹੋ ਤੁਸੀਂ, ਧਾਰਮਿਕ ਲੋਕ, ਧਾਰਮਿਕ ਪਰਸਨੈਲਿਟੀਜ਼। ਅੱਛਾ, ਜਿੱਥੇ ਧਾਰਮਿਕ ਪਰਸਨੈਲਿਟੀਜ਼ ਵੀ ਮਤਲਬ ਛੱਪੜੀ ਤੋਂ ਵੱਧ ਕੁਛ ਨਾ ਹੋਣ, ਆਪਾਂ ਕਹਿੰਦੇ ਪੂਰਾ ਸ਼ਬਦ ਵਿਚਾਰ ਹੈ ਜੀ, ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ, ਕਿਆ ਬਗ ਬਪੂੜਾ ਛੱਪੜੀ ਨਾ ਆਏ, ਕੀਚੜ ਡੂਬੇ ਮੈਲ ਨਾ ਜਾਏ। ਕਿਆ ਬਗ ਬਪੂੜਾ ਛੱਪੜੀ ਨਾ ਆਏ। ਛੱਪੜੀ ਜਿਹੜਾ ਪਾਣੀ ਦਾ ਸੋਰਸ ਆ, ਇਹਨੂੰ ਪਵਿੱਤਰ ਮੰਨਿਆ ਗਿਆ ਸਾਡੇ ਉਸ ਖਿੱਤੇ ਦੇ ਵਿੱਚ। ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਲੋਕ ਤੀਰਥਾਂ 'ਤੇ ਨਹਾਉਂਦੇ ਜਾ ਕੇ, ਤੀਰਥ ਨੂੰ ਬੜਾ ਪਵਿੱਤਰ ਮੰਨਦੇ। ਸਭ ਤੋਂ ਵੱਡਾ ਤੀਰਥ ਮਾਨ ਸਰੋਵਰ ਮੰਨਿਆ ਗਿਆ। ਇਹ ਕਿਹਾ ਗਿਆ ਮਾਨ ਸਰੋਵਰ ਦੇ ਵਿੱਚ ਹੰਸ ਰਹਿੰਦੇ ਨੇ, ਅਤੇ ਜੇ ਕੋਈ ਵੀ ਪਹੁੰਚੇ ਮਾਨ ਸਰੋਵਰ ਤਾਂ ਉਹ ਹੰਸ ਹੋ ਜਾਂਦਾ ਹੈ, ਮਤਲਬ ਇਸ ਰੂਪ ਦੇ ਵਿੱਚ ਮੰਨਿਆ ਗਿਆ। ਅਤੇ ਹੰਸ ਨੂੰ ਬੜਾ ਉੱਚਾ ਮੰਨ ਕਹਿੰਦੇ ਆ ਵੀ ਹੰਸ ਤਾਂ ਬੜੀ ਪਵਿੱਤਰ ਚੀਜ਼ ਆ। ਬਿਲਕੁਲ ਹੰਸ ਦੇ ਵਰਗੀ ਰਿਫਲੈਕਸ਼ਨ ਦੇਣ ਵਾਲਾ ਇੱਕ ਬਰਡ ਹੋਰ ਹੈ, ਇੱਕ ਪਰਿੰਦਾ ਹੋਰ ਹੈ, ਉਹ ਹੈਗਾ ਬਗਲਾ। ਬਗਲੇ ਨੂੰ ਜੋ ਅਸੀਂ ਲਿਟਰੇਚਰ 'ਚ ਪੜ੍ਹੋਗੇ ਤਾਂ ਬਗਲੇ ਨੂੰ ਅਸੀਂ ਬਹੁਤ ਮਾੜਾ ਮੰਨਦੇ ਹਾਂ। ਬਗਲੇ ਨੂੰ ਕਹਿੰਦੇ ਹਾਂ ਵੀ ਇਹ ਕੋਈ ਸ਼ਖਸ ਨਾ ਬੜਾ ਵਿਖਾਵਾ ਕਰੇ ਧਾਰਮਿਕ ਹੋਣ ਦਾ,
ਤੇ ਦੂਜਾ ਬੰਦਾ ਕਹਿੰਦਾ ਬਚ ਕੇ ਰਹੀ ਹੈ ਬਗਲਾ ਹੀ। ਬਗਲਾ ਮੀਨ ਦਿਖਾਉਂਦਾ ਕੁਝ ਹੋਰ ਹੈ ਕੁਝ ਹੋਰ। ਹੁਣ ਇਹ ਜਿਹੜੀ ਪ੍ਰਵਿਰਤੀ ਹੈ ਇਹ ਬਗਲੇ ਦੀ ਪ੍ਰਵਿਰਤੀ ਹੈ, ਤੇ ਅਨਫੋਰਚੁਨੇਟ ਪਾਰਟ ਆ ਹੁਣ ਬਗਲਾ ਕੁਦਰਤ ਨੇ ਬਣਾ ਦਿੱਤਾ ਜਾਂ ਬਣ ਗਿਆ ਉਹ ਆਪ ਬਗਲਾ ਉਸ ਰੂਪ ਦੇ ਵਿੱਚ। ਤੇ ਹੁਣ ਉਹ ਬਗਲਾ ਕਹਿੰਦਾ ਵੀ ਨਹੀਂ ਮੈਂ ਬਗਲੇ ਤੋਂ ਹੰਸ ਬਣਨਾ, ਮੈਨੂੰ ਮੈਂ ਨਹੀਂ। ਮੋਸਟਲੀ ਅਸੀਂ ਸਾਰੇ ਮਨੁੱਖ ਜਿਹੜੇ ਆ ਗੁਸਤਾਖੀ ਲਈ ਮਾਫੀ ਬਗਲਿਆਂ ਦੀ ਤਰ੍ਹਾਂ ਹੀ ਆ, ਵਿਖਾ ਕੁਝ ਹੋਰ ਰਹੇ ਹਾਂ, ਹਾਂ ਕੁਝ ਹੋਰ। ਅਸਲ ਵਿੱਚ ਜਦੋਂ ਪ੍ਰੇਤਦੇ ਹਾਂ, ਚਲੋ ਬਾਹਰ ਤਾਂ ਨਹੀਂ ਪਤਾ ਕਿਸੇ ਨੂੰ, ਹੁਣ ਆਪਣੇ ਆਪ ਬਾਰੇ ਤਾਂ ਸਭ ਨੂੰ ਪਤਾ ਹੀ ਹੁੰਦਾ ਮੈਂ ਕਿੰਨਾ ਕੁ ਚੰਗਾ ਹਾਂ, ਮੈਂ ਕਿੰਨਾ ਕੁ ਵਧੀਆ ਹਾਂ। ਉਸੇ ਢੰਗ ਤਰੀਕੇ ਦੇ ਨਾਲ ਆਪਣੇ ਬਿਹੇਵੀਅਰ ਨੂੰ, ਮਤਲਬ ਉਹ ਕਹਿ ਲਓ ਕੋਈ ਕੋਈ ਟ੍ਰਿਮ ਕਰਕੇ, ਕੁਝ ਓਪਰੈਸ ਕਰਕੇ ਉਹ ਚਲਾ ਰਿਹਾ। ਜੇ ਕਿਤੇ ਮਾਹੌਲ ਬਣੇ ਤਾਂ ਬੰਦਾ ਤਾਂ ਹੈਵਾਨ ਤੋਂ ਪੂਰਾ ਬਾਹਰ ਆਵੇ ਤਾਂ ਸਾਰਾ। ਸੋ ਇੱਕ ਤਰੀਕੇ ਨਾਲ ਲੁਕ ਛਿਪ ਕੇ ਇਸ ਰੂਪ ਚੀਜ਼ ਜਿਹੜੀ ਉਹ ਅੰਦਰ ਢਕੀ ਹੋਈ ਚੱਲ ਰਹੀ ਹੈ। ਹੁਣ ਹੋਇਆ ਕਿ ਬੰਦੇ ਨੇ ਖਿਆਲ ਆਇਆ ਨਹੀਂ ਨਹੀਂ ਆਪਾਂ ਬਗਲੇ ਨਹੀਂ ਰਹਿਣਾ, ਆਪਾਂ ਹੰਸ ਬਣਨਾ ਆ। ਅੱਛਾ ਹੰਸ ਬਣਨ ਵਾਸਤੇ ਜਾਏ ਕਿੱਥੇ? ਕਿਸੇ ਨੇ ਕਿਹਾ ਮਾਨਸਰੋਵਰ, ਮਾਨਸਰੋਵਰ ਤਾਂ ਲੱਭਿਆ ਨਹੀਂ, ਉਹਨੂੰ ਕੀ ਲੱਭਿਆ? ਉਹ ਕਹਿੰਦੇ ਚਲੋ ਕਿਸੇ ਛੱਪੜੀ 'ਤੇ ਚੱਲਦੇ ਹਾਂ। ਜ਼ਿਆਦਾਤਰ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨ ਨੇ ਕਲਟ ਬਣ ਚੁੱਕੇ, ਜਿਨ੍ਹਾਂ ਤੋਂ ਛੱਪੜ ਤੋਂ ਵੱਧ ਕੋਈ ਉਹਨਾਂ ਦੀ ਆਭਾ ਨਾ ਰਹਿ ਗਈ। ਹੁਣ ਉਹ ਬਗਲਾ ਇੱਕ ਤਾਂ ਆਪ ਮਾਰੂ ਹੈ, ਬਿਲਕੁਲ ਪਖੰਡ ਦੇ ਦੁਨੀਆਂ ਚਲਾ ਗਿਆ, ਦੂਸਰੇ ਨੰਬਰ 'ਤੇ ਨਹਾਉਣ ਲਈ ਛੱਪੜੀ 'ਤੇ ਚਲਾ ਗਿਆ। ਬਾਬਾ ਜੀ ਕਹਿੰਦੇ ਹੁਣ ਉਹਦਾ ਕੀ ਹਾਲ ਬਣੇਗਾ? ਕਿਆ ਬਗ ਬਪੜਾ ਛੱਪੜੀ ਨਾ ਆਏ, ਕੀਚੜ ਡੁੱਬੈ ਮੈਲ ਨਾ ਜਾਏ। ਡੁੱਬ ਜੇ ਚਿੱਕੜ 'ਚ ਕਿੰਨਾ ਡੁੱਬੇਗਾ? ਮੈਲ ਥੋੜ੍ਹਾ ਚਲੀ ਜਾਏਗੀ, ਬਲਕਿ ਹੋਰ ਮੈਲਾ ਹੋ ਜਾਏਗਾ, ਬਾਹਰੋਂ ਵੀ ਮੈਲਾ ਹੋ ਜਾਏਗਾ। ਇਹ ਹੈ ਜਦੋਂ ਇੰਸਟੀਟਿਊਸ਼ਨ ਕਲਟ ਦੇ ਰੂਪ 'ਚ ਆ ਜਾਂਦੇ, ਉਸ ਸਾਰੇ ਦੇ ਅੰਦਰ ਫਿਰ ਬੰਦਾ ਕਹਿੰਦਾ ਸਾਰੇ ਇਹੋ ਜਿਹੇ ਨੇ, ਟੋਟਲ ਮਤਲਬ ਇੱਕ ਰਿਜੈਕਸ਼ਨ ਹੋ ਜਾਂਦੀ ਸਭ ਦੇ ਬਾਬਤ। ਇੱਕਦਮ ਕਿਤੇ ਕੁਦਰਤ ਕੋਈ ਇਹੋ ਜਿਹਾ ਕ੍ਰਿਸ਼ਮਾ ਕਰਦੀ, ਕੋਈ ਇਹੋ ਜਿਹੀ ਚੀਜ਼ ਮੰਜ਼ਰੇਆਮ ਹੋ ਜਾਂਦੀ। ਜਦੋਂ ਗੁਰੂ ਨਾਨਕ ਸਾਹਿਬ ਸੱਚ ਦੀ ਆਵਾਜ਼ ਦੇ ਰਹੇ ਨੇ ਤਾਂ ਮੋਸਟਲੀ ਲੋਕ ਉਹਨਾਂ ਨੂੰ ਮੰਨਦੇ ਨਹੀਂ, ਬਲਕਿ ਅਸੀਂ ਤਾਂ ਬਾਬਾ ਜੀ ਦਾ ਬੜਾ ਨਾਮ ਲੈ ਕੇ ਅਦਬ ਨਾਲ ਕਹਿੰਦੇ ਹਾਂ ਸਤਿਗੁਰੂ ਨਾਨਕ ਦੇਵ, ਸਤਿਗੁਰੂ ਨਾਨਕ ਪਾਤਸ਼ਾਹ, ਸਤਿਗੁਰੂ ਨਾਨਕ, ਮਤਲਬ ਵੱਖਰੇ ਵੱਖਰੇ ਕਮਿਊਨਿਟੀਜ਼ 'ਚ ਲਕਬ ਦਿੱਤੇ ਜਾਂਦੇ। ਕੋਈ ਕਹਿੰਦਾ ਨਾਨਕ ਹਜ਼ਰਤ ਸ਼ਾਹ ਹੈ, ਨਾਨਕ ਹਜ਼ਰਾਤ 'ਚ ਆਉਂਦਾ, ਨਾਨਕ ਲਾਮਾ, ਨਾਨਕ ਔਦੂ, ਨਾਨਕ ਦੇਵ, ਬੜੇ ਨਾਮ ਦਿੱਤੇ ਜਾਂਦੇ ਉਹਨਾਂ ਨੂੰ। ਬਾਬਾ ਜੀ ਨੂੰ ਪੁੱਛੀਏ ਵੀ ਬਾਬਾ ਜੀ ਤੁਹਾਡੀ ਵਡਿਆਈ ਜਦੋਂ ਤੁਸੀਂ ਸੀਗੇ ਧਰਤੀ ਦੇ ਉੱਤੇ ਉਦੋਂ ਕਿਵੇਂ ਕਰਦੇ ਸੀ ਲੋਕ? ਵਟ ਡੂ ਦੇ ਯੂਜਲੀ ਟੈਲ ਅਬਾਊਟ ਯੂ, ਔਰ ਯੂ ਕੈਨ ਸੇ ਯੂਜ਼ ਸਮ ਸੋਰਟ ਆਫ ਐਡਜੈਕਟਿਵ ਫੋਰ ਯੂ? ਦੈਨ ਬਾਬਾ ਜੀ ਵੈਰੀ ਕਲੀਅਰ ਨੇ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਬਾ ਜੀ ਕਹਿੰਦੇ ਆ 'ਚ ਆਵਾਜ਼ਾਂ ਪੈਂਦੀਆਂ ਰਹੀਆਂ, ਕੋਈ ਆਖੇ ਭੂਤਨਾ, ਉਹ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਨਾਨਕ ਨੂੰ ਕਹਿੰਦਾ ਭੂਤਨਾ ਹੈ, ਕੋਈ ਕਹਿੰਦਾ ਬੇਤਾਲਾ ਹੈ, ਕੋਈ ਕਹਿੰਦਾ ਨਹੀਂ ਇਹ ਵਿਚਾਰਾ ਬੰਦਾ ਹੈ, ਇਹਦੇ ਤਰਸ ਕਰਨਾ ਚਾਹੀਦਾ, ਇਸ ਕਿਸਮ ਦੀ ਪ੍ਰਵਿਰਤੀ ਰਹੀ। ਅਤੇ ਬਾਬਾ ਜੀ ਕਹਿੰਦੇ ਮੈਨੂੰ ਕੋਈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂ? ਕਿਉਂਕਿ ਮੈਂ ਤਾਂ ਇਸ ਤੋਂ ਵੀ ਗਾਹਾਂ ਇੱਕ ਸਟੈਪ ਜਾਣ ਲਈ ਤਿਆਰ ਹਾਂ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਰ ਬਿਨ ਅਵਰ ਨਾ ਜਾਣਾ। ਮੈਂ ਤਾਂ ਦੀਵਾਨਾ ਵਾਂ, ਬੌਰਾਨਾ ਵਾਂ, ਪਾਗਲ ਹੋ ਗਿਆ ਵਾਂ, ਅਤੇ ਪਾਗਲ ਕਿਹਦਾ ਵਾਂ? ਵਾਹਿਗੁਰੂ ਦਾ। ਮੈਂ ਤਾਂ ਉਹਦੇ ਵਾਸਤੇ ਉਹਦੇ ਇਸ਼ਕ 'ਚ ਖੀਵਾ ਹੋਇਆ ਪਿਆ, ਮੈਨੂੰ ਤਾਂ ਉਹ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਪੈਂਦਾ। ਸੋ ਇਹ ਗੁਰੂ ਮਹਾਰਾਜ ਦੇ ਉਸ ਰੂਪ ਵਿੱਚ, ਪਰ ਹਰ ਬੰਦਾ ਗੁਰੂ ਸਾਹਿਬ ਦੇ ਗੁਣਾਂ ਤੋਂ ਪ੍ਰਭਾਵਿਤ ਨਹੀਂ ਗਾ, ਕਿਉਂਕਿ ਉਹਦਾ ਹਾਲਤ ਇਹ ਹੈ ਕਿਵੇਂ ਯਕੀਨ ਕਰੇ, ਕਲਟ ਹੈ ਚਾਰ ਛਪੇਰੇ ਸਾਰਾ। ਅਤੇ ਇਸੇ ਚੀਜ਼ ਨੂੰ ਬਾਬਾ ਜੀ ਨੇ ਕਿਹਾ, ਬਾਬਾ ਜੀ ਕਿਹਾ ਸੀ ਅਕਲ ਤੋਂ ਅੱਗੇ ਜਾਣਾ, ਬਿਲੀਵ ਅਕਲ ਤੋਂ ਬਹੁਤ ਅੱਗੇ ਜਾ ਕੇ ਸਫ਼ਰ ਕਰਦਾ ਆ, ਪਰ ਹਾਂ ਕੁਝ ਪੌੜੀਆਂ ਅਕਲ ਨਾਲ ਚੜ੍ਹਨੀਆਂ ਨੇ, ਤਾਂ ਕਿ ਐਸਾ ਨਾ ਹੋਵੇ ਬੰਦਾ ਢੋਰਾ ਬਣ ਜੇ। ਅਸੀਂ ਗੁਰਮਤਿ ਸਕੂਲ 'ਚ ਬੈਠ ਕੇ ਪੜ੍ਹਦੇ ਹਾਂ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲੀ ਪੜ੍ਹ ਕੇ ਬੂਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖ ਹੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਗੁਰੂ ਨਾਨਕ ਸਾਹਿਬ ਦਾ ਰਾਹ ਤਾਂ ਇਹ ਹੈ। ਬਾਬਾ ਜੀ ਕਹਿੰਦੇ ਕੁਦਰਤ ਨੇ ਤੌਫੀਕੀਅਤ ਦਿੱਤੀ ਹੈ, ਇਹਨੂੰ ਯੂਜ਼ ਕਰੀ, ਦੀਵਾ ਦਿੱਤਾ ਬਾਲ ਕੇ,
ਇਹਦੀ ਰੋਸ਼ਨੀ 'ਚ ਚੀਜ਼ਾਂ ਨੂੰ ਦੇਖੀ, ਵਿਵੇਕਸ਼ੀਲ ਹੋਈ, ਵਿਵੇਕ ਦੀ ਕਸਵੱਟੀ 'ਤੇ ਪਰਖੀ ਚੀਜ਼ਾਂ ਨੂੰ ਇਹ ਸਾਰੇ ਰੂਪ ਦੇ 'ਚ। ਇਹ ਬਾਬਾ ਜੀ ਨੇ ਕਿਹਾ ਮਹਾਰਾਜ ਦੀ ਪਾਵਨ ਬਾਣੀ ਤਾਂ ਸਾਡੇ ਲਈ ਗਿਆਨ ਇਹ ਹੈ, ਸੁਣ ਮੁੰਦੇ ਹਰਨਾਕੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਜਾਣ ਕੈ ਤਾਂ ਕੀਚੈ ਵਾਪਾਰ। ਬਾਜ਼ਾਰ ਤੋਂ ਕੋਈ ਸਮਾਨ ਖਰੀਦਣ ਜਾਂਦੇ ਹੋ ਨਾ, ਇੱਕੋ ਦੁਕਾਨ 'ਤੇ ਜਾਓ, ਅੱਖਾਂ ਬੰਦ ਕਰਕੇ ਜਿਹੜਾ ਉਹ ਰੇਟ ਪੁੱਛੇ, ਉਸ ਜਿਹੜਾ ਰੇਟ ਮੰਗੇ ਉਸੇ ਰੇਟ ਨੂੰ ਉਹਦੇ ਪ੍ਰਾਈਸ ਪੇ ਕਰਕੇ ਉਹ ਸਮਾਨ ਚੱਕ ਕੇ ਘਰ ਲੈ ਆਓ। ਤੁਸੀਂ ਕੋਈ ਚੰਗੇ ਕਸਟਮਰ ਨਹੀਂ ਹੈਗੇ, ਤੁਸੀਂ ਕੋਈ ਚੰਗੇ ਉਸ ਰੂਪ ਦੇ ਵਿੱਚ ਕਹਿ ਲਓ ਕਿ ਵਣਜਾਰੇ ਨਹੀਂ ਗੇ, ਤੁਸੀਂ ਚੰਗੇ ਖਰੀਦਦਾਰ ਨਹੀਂ ਗੇ। ਚੰਗਾ ਖਰੀਦਦਾਰ ਕੌਣ ਹੈ? ਉਹ ਐਟਲੀਸਟ ਸਭ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇੱਕ ਦੋ ਬੰਦਿਆਂ ਨੂੰ ਪੁੱਛੇ, ਅੱਜ ਕੱਲ੍ਹ ਜਿਵੇਂ ਸਾਡੇ ਕੋਲ ਔਨਲਾਈਨ ਸਰਚ ਕਰੇ ਕੁਛ, ਫਿਰ ਜਿਹੜੀ ਸ਼ੋਪ 'ਤੇ ਜਾਏ ਉਹਦੇ ਨਾਲ ਜਾ ਕੇ ਠੋਕ ਵਜਾਏ, ਗੱਲ ਕਰੇ, ਭਾਈ ਇੰਨੀ ਪ੍ਰਾਈਸ ਪੇ ਕਰਨੀ, ਆ ਸਮਾਨ ਖਰੀਦਣਾ, ਵਰਥ ਵੀ ਹੈ? ਇਜ਼ ਇਟ ਵਰਥ ਟੂ ਪੇ ਦੈਟ ਮਚ ਮਨੀ? ਬਿਕੋਜ਼ ਇਟਸ ਹਾਰਡ ਅਰਨ ਮਨੀ ਫਰੋਮ ਮਾਈ ਸਾਈਡ, ਆਈ ਡੋਂਟ ਵਾਂਟ ਟੂ ਵੇਸਟ ਇਟ। ਸੋ ਇਸ ਰੂਪ 'ਚ ਬਾਤ ਆਉਂਦੀ। ਫਿਰ ਉਸ ਤੋਂ ਬਾਅਦ ਉਹ ਜਿਹੜਾ ਪ੍ਰੋਡਕਟ ਲੈ ਰਿਹਾ ਵਾਂ ਉਹ ਵਾਕਿਆ 'ਚ ਮੈਨੂੰ ਲੋੜੀਂਦਾ, ਜਿਸ ਕਾਰਜ ਲਈ ਲੈ ਲਿਆ ਉਹ ਕਾਰਜ ਸਵਾਰੇਗਾ ਮੇਰਾ? ਮੈਂ ਗੱਡੀ ਖਰੀਦ ਕੇ ਲੈ ਰਿਹਾ ਆਪਣੇ ਕੰਮ ਕਾਰ 'ਤੇ ਜਾਣ ਵਾਸਤੇ ਉਸ ਰੂਪ ਦੇ ਵਿੱਚ, ਜੇ ਗੱਡੀ ਰੋਜ਼ ਖਰਾਬ ਹੀ ਰਹੇਗੀ ਕੀ ਬੈਨੀਫਿਟ ਉਹਦਾ? ਮੈਂ ਟਾਈਮ ਬਚਾਉਣ ਲਈ ਗੱਡੀ ਲਿਆਂਦੀ ਤਾਂ ਗੱਡੀ ਖਰਾਬ ਹੋਣ ਕਰਕੇ ਮੇਰਾ ਟਾਈਮ ਵੇਸਟ ਹੋਰ ਹੋ ਰਿਹਾ ਆ, ਫਿਰ ਕੀ ਬੈਨੀਫਿਟ? ਐਗਜੈਕਟਲੀ ਸ਼ਰਧਾ ਦੇ ਤਲ 'ਤੇ ਆ ਜਾਓ। ਕਿਆ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਜਾਣ ਕੈ, ਪਹਿਲਾਂ ਸਿਜਾਣ ਪਹਿਚਾਨ, ਕੀ ਇੱਥੇ ਆਸਥਾ ਲਾਉਣੀ ਠੀਕ ਵੀ ਹੈ, ਸ਼ਰਧਾ ਲਾਉਣੀ ਠੀਕ ਵੀ ਹੈ? ਸੋ ਗੁਰੂ ਬਾਬਾ ਜੀ ਨੇ ਇਹ ਬਾਤ ਕੀਤੀ ਅਤੇ ਫਿਰ ਕਿਹਾ ਕਾਲੇ ਵੀ ਕੋਈ ਨੇ। ਇਹ ਗੁਰਮਤਿ ਸਕੂਲ ਦੀ ਖਾਸੀਅਤ ਆ, ਜਿਨ੍ਹਾਂ ਨੇ ਖਾਲਿਸ ਮਨੁੱਖ ਦੀ ਘਾੜਤ 10 ਜਨਰੇਸ਼ਨ ਵਿੱਚੋਂ ਕਰਨੀ ਹੈ, ਉਹਨਾਂ ਨੂੰ ਕਾਹਦੀ ਕਾਲੀ ਪਈ ਹੈ? 240 ਸਾਲ ਦਾ ਸਮਾਂ ਲਾਉਣਾ, ਕਹਿੰਦੇ ਕੋਈ ਗੱਲ ਨਹੀਂ, ਸਾਡੇ ਕੋਲ 2.5 ਸਦੀਆਂ ਦਾ ਟਾਈਮ ਹੈਗਾ ਬੜੇ ਆਰਾਮ ਨਾਲ। ਬਲਕਿ ਕੋਈ ਕਹਿੰਦਾ ਵੀ ਜੀ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਆਈ ਐਮ ਯੂਅਰ ਡਿਸਾਈਪਲ, ਆਈ ਵਾਂਟ ਟੂ ਬੀ ਯੂਅਰ ਫੋਲੋਅਰ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆਂ, ਕੱਚੇ ਨਹੀਂ ਚਾਹੀਦੇ, ਬਿਲਕੁਲ ਪੱਕਾ ਚਾਹੀਦਾ ਜਿਹੜਾ ਇਸ ਰਾਹ ਦਾ ਰਾਹਗੀਰ ਹੋਏ ਅਤੇ ਠੋਕ ਵਜਾ ਕੇ ਆਏ, ਜਿਹਨੂੰ ਪਤਾ ਹੋਏ ਮੈਂ ਕਿਸ ਪਾਸੇ ਨੂੰ ਕਦਮ ਬੋਸੀ ਕਰ ਰਿਹਾ ਹਾਂ। ਸੋ ਇਸ ਕਿਸਮ ਦੇ ਸਕੂਲ ਆਫ ਥੋਟ ਨੂੰ ਗੁਰੂ ਬਾਬਾ ਜੀ ਨੇ ਲਿਆਂਦਾ, ਅਤੇ ਜਿਹਨਾਂ ਹਸਤੀਆਂ ਨੇ ਸਾਰਾ ਕੁਝ ਲਿਆਂਦਾ ਉਹਨਾਂ ਨੇ ਐਕਚੁਲੀ ਰੱਬ ਨੂੰ ਸਾਕਸ਼ਾਤ ਕਰ ਦਿੱਤਾ। ਲੋਕ ਕਹਿੰਦੇ ਅਸੀਂ ਰੱਬ ਨਹੀਂ ਵੇਖਿਆ, ਹਾਂ ਰੱਬ ਧਰਤੀ 'ਤੇ ਜੇ ਕਿਤੇ ਨਜ਼ਰ ਪਿਆ ਤਾਂ ਗੁਰੂ ਨਾਨਕ ਸਾਹਿਬ ਤੇਰੀ ਜੋਤ 'ਚ ਨਜ਼ਰ ਪਿਆ ਹੈ, ਗੁਰੂ ਅਰਜਨ ਸਾਹਿਬ ਤੇਰਾ ਰੂਪ ਕੋਈ ਹੋਰ ਨਹੀਂ, ਰੱਬ ਦਾ ਹੀ ਰੂਪ ਆ। ਫਿਰ ਇਨ ਬਿਨ ਤੁਸੀਂ 10ਵੇਂ ਬਾਪੂ ਤੱਕ ਆ ਜਾਓ। ਅਸੀਂ ਕਈ ਵਾਰੀ ਜਦੋਂ ਹਕੀਮ ਅੱਲਾ ਯਾਰ ਖਾਂ ਜੋਗੀ ਦੀਆਂ ਨਜ਼ਮਾਂ ਪੜ੍ਹਦੇ ਹਾਂ ਨਾ, ਜਦੋਂ ਖਾਸ ਕਰਕੇ ਦਸੰਬਰ ਦੇ ਦਿਨਾਂ 'ਚ ਉਹਨਾਂ ਨੂੰ ਯਾਦ ਕਰਦੇ ਹਾਂ ਖੂਬ ਸਾਰਾ ਉਹਨਾਂ ਦੇ ਅਮਰ ਗੀਤ ਜੋ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਲਿਖੇ ਸੀ, ਗੰਜੇ ਸ਼ਹੀਦਾਂ ਅਤੇ ਸ਼ਹੀਦਾਂ ਨੇ ਵਫਾ ਪੜ੍ਹਨ ਵਾਲੇ ਕਿਤਾਬਚੇ ਨੇ, ਉਰਦੂ ਅਤੇ ਪਰਸ਼ੀਅਨ ਜ਼ਬਾਨ ਦਾ ਬਹੁਤ ਕਮਾਲ ਦਾ ਇਸਤੇਮਾਲ ਕਰਕੇ ਉਹਨਾਂ ਨੇ ਕਵਿਤਾ ਰਚੀ ਹੈ, ਗਜ਼ਬ ਹੈ, ਸ਼ਾਹਕਾਰ ਹੈ ਆਪਣੇ ਆਪ ਦੇ ਵਿੱਚ। ਸ਼ਾਇਦ ਹੀ ਕੋਈ ਇਸ ਤੋਂ ਵਧੀਆ ਕੋਈ ਟ੍ਰਿਬਿਊਟ ਇਸ ਜ਼ਬਾਨ 'ਚ ਕਿਸੇ ਨੇ ਕੀਤਾ ਹੋਵੇ ਉਸ ਰੂਪ 'ਚ। ਉਹ ਜਦੋਂ ਫਿਰ ਗੁਰੂ ਦੀ ਸਤੁਤੀ ਕਰਦੇ ਨੇ, ਆਪਨੇ ਜੇ 4 ਸਾਹਿਬਜ਼ਾਦੇ ਮੂਵੀ ਦੇਖੀ ਹੋਏਗੀ ਤਾਂ ਉਹਦੇ 'ਚ ਕਾਫੀ ਸਾਰੇ ਸ਼ੇਅਰ ਜਿਹੜੇ ਉਹ ਬੋਲੇ ਜਾਂਦੇ ਨੇ ਉਹ ਉਹਨਾਂ ਦੀ ਹੀ ਲਿਖਾਵਟ ਵਿੱਚੋਂ ਆ ਰਹੇ ਨੇ, ਉਹ ਹਕੀਮ ਅੱਲਾ ਯਾਰ ਖਾਂ ਜੋਗੀ ਦੀ ਲਿਖਾਵਟ ਹੈ ਸਾਰੀ। ਉਹਨਾਂ ਹੀ ਸ਼ੇਅਰਾਂ ਦੇ ਵਿੱਚ ਇੱਕ ਉਹਦਾ ਸ਼ੇਅਰ ਹੈਗਾ, ਉਹ ਕਹਿੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕੋਈ ਪੁੱਛਦਾ ਨਾ ਮੈਨੂੰ ਵੀ ਹੂ ਇਜ਼ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਇਟਸ ਨੋਟ ਈਜ਼ੀ ਟੂ ਐਕਸਪਲੇਨ ਗੁਰੂ ਸਾਹਿਬ। ਅਤੇ ਉਹ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਨਹੀਂ ਇਕੱਲਾ 10ਵੇਂ ਰੂਪ ਦੀ ਗੱਲ ਕਰਦਾ, ਉਹ ਕਹਿੰਦਾ ਆ ਕਿ ਸੱਚ ਇਹ ਹੈ ਗੁਰੂ ਸਾਰੇ ਦੇ ਰੂਪ ਵਿੱਚ ਇੱਕ ਜੋਤ 'ਚ ਵਰਤਦਾ ਹੈ। ਉਹਦਾ ਬਹੁਤ ਸਾਰੇ ਉਹਦੇ ਮੁਕਾਮੀ ਵਾਕ ਹੈ, ਟੂਕ ਮਾਤਰ ਬੇਨਤੀ ਕਰ ਰਿਹਾ ਜਿਹਦੇ 'ਚ ਉਹ ਕਹਿੰਦਾ ਕਿ ਐ ਸਤਿਗੁਰੂ ਗੋਬਿੰਦ ਤੂੰ ਅਬਰ ਕਰਮ ਹੈ, ਐ ਸਤਿਗੁਰੂ ਗੋਬਿੰਦ ਤੂੰ ਅਬਰ ਹਮਮ ਹੈ, ਤੂੰ ਕਮਾਲ ਦਾ ਹੀ ਮੇਰੇ ਵਾਸਤੇ ਗੁਰੂ ਮਹਾਰਾਜ, ਤੇਰਾ ਰੁਤਬਾ ਦਿਗਰ ਰੁਤਬਾ ਹੈ। ਕੀ ਰੁਤਬਾ ਦਿਗਰ ਹੈ ਤੇਰਾ? ਕਹਿੰਦਾ ਕਿਸ ਸ਼ਾਨ ਕਾ ਰੁਤਬਾ ਤੇਰਾ, ਅੱਲਾਹ ਗਨੀ ਹੈ, ਮਸਕੀਨ ਗਰੀਬੋਂ ਮੇਂ ਦਲੇਰੋਂ ਮੇਂ ਜ਼ਰੀ ਹੈ, ਅੰਗਦ ਹੈ ਅਮਰਦਾਸ ਹੈ, ਅਰਜਨ ਪਿਤੂ ਹੀ ਹੈ, ਨਾਨਕ ਸੇ ਲੇਤਾ ਤੇਗ ਬਹਾਦਰ ਤੂੰ ਸਭੀ ਹੈ।
ਕਹਿੰਦਾ ਤੀਰਥ ਨਹੀਂ ਕੋਈ ਰੂਏ ਰੋਸ਼ਨ ਕੇ ਬਰਾਬਰ, ਦਰਸ਼ਨ ਤੇਰਾ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ। ਤੇਰੇ ਦਰਸ਼ਨ ਦੇ ਵਿੱਚ ਦਸੇ ਗੁਰੂ ਦਰਸ਼ਨ ਇੱਕ ਜੋਤ ਹੋ ਕੇ ਵਰਤੀ ਜਿਹੜੀ ਉਹ ਆਵਾ ਆ ਰਹੀ ਹੈ। ਉਹਦੇ 'ਚ ਬਿਆਨ ਕੀਤਾ ਕਿਸ ਸ਼ਾਨ ਕਾ ਰੁਤਬਾ ਤੇਰਾ, ਤੇਰੇ ਰੁਤਬੇ ਦੀਆਂ ਸ਼ਾਨਾਂ ਕੀ ਬਿਆਨ ਕਰਾਂਗੇ ਅਸੀਂ। ਅੱਲਾਹ ਗਨੀ ਹੈ, ਗਨੀ ਲਫ਼ਜ਼ ਗਨੀਮਤ ਹੈ। ਜੇ ਕਿਸੇ ਨੇ ਅੱਲਾਹ ਨਹੀਂ ਵੇਖਿਆ, ਅੱਲਾਹ ਅਲਾਹੀ ਹੈ, ਕਿਹਨੇ ਵੇਖਣਾ ਆ? ਪਰ ਜੇ ਕਿਤੇ ਧਰਤੀ 'ਤੇ ਅੱਲਾਹ ਦੋ ਅੱਖਾਂ ਲਾ ਕੇ ਆ ਜਾਏ, ਕਿਤੇ ਧਰਤੀ 'ਤੇ ਕਿਸੇ ਖਾਸ ਮਸਤਕ ਅਤੇ ਮੁਖਾਰਬਿੰਦ ਨਾਲ ਅੱਲਾਹ ਉਤਰੇ, ਕਿਤੇ ਅੱਲਾਹ ਨੂੰ ਦੋ ਬਾਹਾਂ ਲੱਗ ਜਾਣ ਧਰਤੀ ਦੇ ਉੱਤੇ, ਅੱਲਾਹ ਦੋ ਪੈਰਾਂ 'ਤੇ ਆ ਕੇ ਤੁਰੇ ਧਰਤੀ ਦੇ ਉੱਤੇ, ਤਾਂ ਕਿਵੇਂ ਦਾ ਲੱਗੇਗਾ? ਇਹ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਗੁਰੂ ਅਰਜਨ ਸਾਹਿਬ, ਇਹ ਗੁਰੂ ਨਾਨਕ ਸਾਹਿਬ, ਉਹ ਅੱਲਾਹ ਤੁਹਾਡੇ ਵਰਗਾ ਲੱਗੇਗਾ, ਕਿਉਂਕਿ ਤੁਹਾਡੇ ਵਿੱਚੋਂ ਅੱਲਾਹ ਦੀ ਸ਼ਨਾਖਤ ਹੁੰਦੀ ਹੈ। ਤੁਸੀਂ ਅੱਲਾਹ ਨੂੰ ਸਾਨੂੰ ਸਿੰਜਾ ਦਿੱਤਾ ਹੈ, ਪਹਿਚਾਣ ਦਿੱਤੀ ਹੈ ਸਾਨੂੰ ਅੱਲਾਹ ਐਵੇਂ ਦਾ ਹੁੰਦਾ ਹੈ। ਬਾਣੀ ਦਾ ਬਚਨ ਇੱਕ ਹੋਰ ਕਹਿ ਕੇ ਫਿਰ ਆ ਜਾਂਦਾ, ਕਿਉਂਕਿ ਹਰੀ ਨੇ ਆਪ ਸਿੰਘਾਸਨ ਦਿੱਤਾ ਗੁਰੂ ਰਾਮਦਾਸ ਸਾਹਿਬ ਨੂੰ, ਜਦੋਂ ਗੁਰੂ ਰਾਮਦਾਸ ਸਾਹਿਬ ਦੇਵਪੁਰੀ ਜਾ ਰਹੇ ਨੇ। ਇਹ ਮੈਟਾਫੋਰ ਸਿਰਜ ਰਹੇ ਨੇ ਭੱਟ ਸਾਹਿਬਾਨ ਦੇ ਵਿੱਚ ਬਚਨ, ਜਿਹੜਾ ਮੈਂ ਬੇਨਤੀ ਕਰਨ ਲੱਗਾ ਸੀਗਾ ਮਹਾਰਾਜ ਦੇ ਪਾਵਨ ਬਚਨਾਂ ਦੇ। ਸਾਹਿਬ ਕਹਿੰਦੇ ਸਫਲ ਜਨਮ ਹਰ ਜਨ ਕੋ ਉਪਜਿਓ, ਜਿਨ ਕੀਨੋ ਸੌਂਤ ਵਿਧਾਤਾ। ਸੌਂਤ ਲਫਜ਼ ਹੈ ਸੌਂਤਰਾ, ਦੋ ਸ਼ਬਦ ਨੇ ਓਪੋਜ਼ਿਟ ਯੂਜ਼ ਕਰਦੇ ਹਾਂ ਅਸੀਂ ਪੰਜਾਬੀ ਜ਼ਬਾਨ ਦੇ ਵਿੱਚ ਜੇ ਵਾਕਫਿਤ ਰੱਖਦੇ ਹੋ ਆਪ। ਇੱਕ ਔਤਰਾ, ਜਿਹਨੂੰ ਔਤਰ ਨਖੱਤਰ ਕਿਹਾ ਜਾਂਦਾ ਹੈ, ਅਤੇ ਇੱਕ ਸੌਂਤਰਾ। ਔਤਰ ਨਖੱਤਰ ਔਂਤਰਾ, ਜਿਹਨੂੰ ਜਿਹਦਾ ਨਾਂ ਲੈਣ ਵਾਲਾ ਕੋਈ ਨਾ ਹੋਏ, ਜਿਹਦੀ ਔਲਾਦ ਕੋਈ ਨਾ ਹੋਏ, ਇਹ ਕਹਿੰਦੇ ਔਤਰਾ ਨਖੱਤਰਾ, ਇਹ ਔਤਰ ਹੈ। ਇਹਦਾ ਕੋਈ ਬਾਲ ਬੱਚਾ ਨਹੀਂ ਹੈਗਾ ਜੀ, ਇਹ ਇਕੱਲਾ ਹੀ ਹੈ, ਇਹ ਬਸ ਇਹ ਹੈ, ਇਸ ਤੋਂ ਬਾਅਦ ਮੁੱਕ ਜਾਣਾ ਕੰਮ ਸਾਰਾ। ਇਹ ਔਤਰ ਨਖੱਤਰ ਹੈ, ਐਵੇਂ ਕਿਹਾ ਜਾਂਦਾ ਹੈ। ਇੱਕ ਛੋਟੀ ਜੀ ਮਤਲਬ ਐਗਜ਼ਾਮਪਲ ਰੂਪ ਵਿੱਚ, ਕਹਾਣੀ ਰੂਪ ਵਿੱਚ ਬਾਤ ਕਹਿ ਦੇਣਾ, ਫਿਰ ਬਚਨ 'ਤੇ ਵਾਪਸ ਆ ਜਾਣਾ। ਮੈਨੂੰ ਪਤਾ ਦਾਰਸ਼ਨਿਕ ਰੂਪ ਵਿੱਚ ਗੱਲਾਂ ਭਾਰੀਆਂ ਲੱਗਦੀਆਂ ਕਈ ਵਾਰੀ, ਹੈ ਤਾਂ ਬੜੀ ਲੰਮੀ ਚੌੜੀ ਬਾਤ। ਇਹ ਸ਼ਾਇਦ ਸ਼ੇਖ ਸਾਦੀ ਦਾ ਲਿਖਿਆ ਹੋਇਆ ਸੁਪਨਾ, ਡਰੀਮ ਆ, ਖਾਬ ਇੱਕ। ਉਹ ਕਹਿੰਦਾ ਇੱਕ ਦਿਨ ਮੈਂ ਬਹੁਤ ਗਹਿਰੀ ਨੀਂਦ 'ਤੇ ਚਲਾ ਗਿਆ, ਅਤੇ ਨੀਂਦ ਦੇ ਵਿੱਚ ਹੋਇਆ ਇਹ ਕਿ ਇੱਕ ਐਸੀ ਜਗ੍ਹਾ 'ਤੇ ਆ ਜਿਹੜੀ ਪਹਿਲਾਂ ਕਦੀ ਨਹੀਂ ਨਿਹਾਰੀ, ਕਦੀ ਨਹੀਂ ਦੇਖੀ। ਇੱਕ ਅਲਾਹੀ ਸੜਕ ਆ, ਬੜੀ ਲੰਮੀ ਚੌੜੀ, ਇਹ ਸੜਕ ਬੜੀ ਅਲੌਕਿਕ ਆ। ਮੈਨੂੰ ਵੇਖ ਕੇ ਬੜਾ ਪ੍ਰਭਾਵ ਪਿਆ ਮੇਰੇ ਉੱਤੇ ਵੀ ਕੈਸੀ ਸੜਕ 'ਤੇ ਆ ਗਿਆ। ਅਜੇ ਮੈਂ ਸੜਕ 'ਤੇ ਤੁਰਿਆ ਜਾਂਦਾ ਅਤੇ ਕੀ ਦੇਖਦਾ, ਉਸ ਸੜਕ 'ਤੇ ਕੋਈ ਬਹੁਤ ਲੰਮਾ ਚੌੜਾ ਕਾਫਲਾ ਤੁਰਿਆ ਹੁੰਦਾ। ਉਸ ਕਾਫਲੇ ਦੇ ਅੱਗੇ ਤੁਜਾ ਲਹਿਰਾਈਆਂ ਜਾ ਰਹੀਆਂ ਨੇ, ਸਰੂਪ ਦੇ ਵਿੱਚ ਤੁਜਾ ਜਿਹੜੀਆਂ ਨੇ ਝੰਡੇ ਝੁਲ ਰਹੇ ਨੇ। ਥੋੜ੍ਹਾ ਕਾਫਲਾ ਨੇੜੇ ਆਉਂਦਾ, ਕਾਫਲੇ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦੇ ਵਿੱਚ ਵਾਜੇ ਵੱਜ ਰਹੇ ਨੇ, ਉਹਦੇ 'ਚ ਮ੍ਰਿਦੰਗ ਖੜਕ ਰਹੇ ਨੇ, ਢੋਲ ਵੱਜ ਰਹੇ ਨੇ, ਫਰੇਰੀਆਂ ਵੱਜ ਰਹੀਆਂ ਨੇ, ਕਹਿੰਦਾ ਛੈਣੇ ਛੜਕ ਰਹੇ ਨੇ, ਕਹਿੰਦਾ ਉੱਚੀ ਆਵਾਜ਼ ਹੋ ਰਹੀ ਹੈ ਜਿਵੇਂ ਜਿਵੇਂ ਕਾਫਲਾ ਨੇੜੇ ਆਉਂਦਾ। ਉਹ ਜਿਹੜੀ ਫਰੇਰੀਆਂ ਦੀ, ਜਿਹੜੀ ਵਾਜਿਆਂ ਦੀ, ਛੈਣਿਆਂ ਦੀ ਆਵਾਜ਼ ਹੈ, ਉਹ ਵੀ ਕਮਾਲ ਹੈ, ਇੱਕ ਅਜੀਬ ਤਰ੍ਹਾਂ ਦੀ ਗੁੰਜਾਰ ਕੰਨਾਂ 'ਚ ਪਾ ਰਹੀ ਹੈ। ਕਹਿੰਦਾ ਕਰਦਿਆਂ ਕਰਦਿਆਂ ਕਾਫਲਾ ਤੋਂ ਬਿਲਕੁਲ ਕਲੋਜ਼ ਬਾਏ ਆ ਜਾਂਦਾ ਅਤੇ ਪਤਾ ਲੱਗਦਾ ਕਾਫਲਾ ਕਿਸੇ ਦੀ ਜੈ ਜੈਕਾਰ ਕਰ ਰਿਹਾ ਹੈ। ਜਦੋਂ ਹੋਰ ਬਿਲਕੁਲ ਨੇੜੇ ਆਉਂਦਾ ਤਾਂ ਦੇਖਦਾ ਵਾਂ ਉਹ ਕਾਫਲਾ ਕਿਸੇ ਇੱਕ ਹਸਤੀ ਦੇ ਆਲੇ ਦੁਆਲੇ ਘੁੰਮ ਰਿਹਾ, ਨਾਲ ਨਾਲ ਮੂਵ ਕਰਦਾ, ਨਾਲ ਨਾਲ ਘੁੰਮਦਾ ਉਹਦੇ ਆਲੇ ਦੁਆਲੇ, ਫਰੇਰੀਆਂ ਵਾਜੇ ਵਜਾ ਰਿਹਾ, ਝੰਡੇ ਲਹਿਰਾ ਰਿਹਾ ਉਹਦੀ ਜੈ ਜੈਕਾਰ ਦੇ ਵਿੱਚ। ਮੈਂ ਪੁੱਛਦਾ ਹਾਂ ਇਹ ਕੌਣ ਆ, ਇਹ ਕਿਹਦਾ ਕਾਫਲਾ ਆ? ਉਹ ਕਹਿੰਦੇ ਤੈਨੂੰ ਨਹੀਂ ਪਤਾ? ਕਹਿੰਦੇ ਨਹੀਂ। ਕਹਿੰਦੇ ਹਜ਼ਰਤ ਮੂਸਾ ਆ? ਕਹਿੰਦਾ ਹਾਂ। ਮੈਂ ਕਿਹਾ ਕੋਈ ਐਸਾ ਹਜ਼ਰਾਤ ਹੋਣਾ ਚਾਹੀਦਾ ਜਿਹਦੀ ਇੰਨੀ ਜੈ ਜੈਕਾਰ ਹੋਏ। ਕਹਿੰਦਾ ਖੈਰ, ਉਹ ਕਾਫਲਾ ਲੰਘ ਜਾਂਦਾ ਹੈ। ਉਸ ਤੋਂ ਬਾਅਦ ਇੱਕ ਦੂਸਰਾ ਕਾਫਲਾ ਆਉਂਦਾ ਹੈ, ਉਸ ਤੋਂ ਵੀ ਲੰਮਾ, ਕਈ ਮੀਲਾਂ ਤੱਕ ਸੇਮ ਜੈ ਜੈਕਾਰ ਹੋ ਰਹੀ ਹੈ, ਸੇਮ ਉਸੇ ਰੂਪੇ ਤੁਜਾ ਲਹਿਰਾਈਆਂ ਜਾ ਰਹੀਆਂ ਨੇ। ਉਹਨੂੰ ਪੁੱਛਦਾ ਹੈ ਕਿਹੜਾ? ਕਹਿੰਦੇ ਫਲਾਂ ਹਜ਼ਰਾਤ ਹੈ, ਫਲਾਂ ਹਜ਼ਰਾਤ ਹੈ। ਕਈ ਕਾਫਲੇ ਲੰਘ ਜਾਂਦੇ ਐਵੇਂ ਮੀਲਾਂ ਦੇ ਮੀਲ ਲੰਬੇ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮੈਂ ਸੋਚਦਾ ਅੱਜ ਕਿਸੇ ਅਲੌਕਿਕ ਦਰ 'ਤੇ
ਇਹ ਸਾਰਾ ਮੈਂ ਬੈਠਾ ਮੰਜ਼ਰ ਦੇਖ ਰਿਹਾ, ਕੈਸੇ ਕੈਸੇ ਕਾਫਲੇ, ਕੈਸੇ ਕੈਸੇ ਹਜ਼ਰਾਤ ਲੰਘ ਰਹੇ ਨੇ ਇੱਥੋਂ, ਅਜੇ ਬਾਤ ਹੋ ਰਹੀ ਹੈ। ਅਤੇ ਕਹਿੰਦੇ ਉਸੇ ਰਾਹ ਦੇ ਉੱਤੇ ਇੱਕ ਇਕੱਲਾ ਹੀ ਸ਼ਖਸ ਤੁਰਿਆ ਲਗਾ ਹੁੰਦਾ। ਮੈਂ ਉਹਨੂੰ ਦੇਖਦਾ, ਮੈਂ ਪੁੱਛਦਾ ਹਾਂ, ਤੂੰ ਕੌਣ ਹੈ, ਤੂੰ ਕੌਣ ਇੱਥੇ ਬਦ ਉਸ ਰੂਪ ਦੇ ਵਿੱਚ ਕਹਿ ਲਓ ਬਦਕਿਸਮਤ ਆਂ, ਬਦਬਖਤ ਆਂ, ਜਿਹਦੇ ਅੱਗੇ ਪਿੱਛੇ ਕੋਈ ਵਾਜਾਂ ਨਹੀਂ ਵੱਜ ਰਿਹਾ, ਕੋਈ ਫਰੇਰੀਆਂ ਨਹੀਂ ਵੱਜ ਰਹੀਆਂ, ਕੋਈ ਧੁਜਾਂ ਨਹੀਂ ਝੁੱਲ ਰਹੀਆਂ, ਕੋਈ ਜੈ ਜੈਕਾਰ ਨਹੀਂ ਹੋ ਰਹੀ, ਤੂੰ ਕੌਣ ਹੈ? ਕਹਿਣ ਲੱਗੇ ਜਦੋਂ ਮੈਂ ਇਹ ਪੁੱਛਿਆ ਉਸਨੂੰ, ਉਹ ਕਹਿੰਦਾ ਮੈਂ ਖੁਦਾ ਵਾਂ। ਕਹਿੰਦਾ ਮਹਿਸੂਸ ਹੋਇਆ ਖੁਦਾ ਇਕੱਲਾ ਹੀ ਹੈ, ਸਾਰੀਆਂ ਉਮਤਾਂ ਇਹਨਾਂ ਹਜ਼ਰਾਤ ਦੇ ਦੁਆਲੇ ਘੁੰਮ ਰਹੀਆਂ ਨੇ। ਇਹ ਹਾਲਾਂਕਿ ਉਹਦੀ ਬਾਤ ਇੱਕ ਡ੍ਰੀਮ ਦੇ ਰੂਪ ਵਿੱਚ ਕਹਾਣੀ ਨੂੰ ਬਿਆਨ ਕੀਤੀ ਗਈ ਹੈ, ਪਰ ਰਿਐਲਿਟੀ ਇਹੀ ਹੈ। ਇਹ ਸੰਪਰਦਾਇ ਜਿਹਨੂੰ ਅਸੀਂ ਕਹਿ ਲਓ ਕਿ ਇੱਕ ਗਰੁੱਪਿਜ਼ਮ ਦੀ ਜਿਹੜੀ ਬਾਤ, ਰਿਲੀਜੀਅਸ ਕੌਨਸੈਪਟ ਦੇ ਵਿੱਚ ਮਨੁੱਖ ਮਨੁੱਖ ਤੋਂ ਟੁੱਟ ਗਿਆ, ਮਨੁੱਖ ਮਨੁੱਖ ਤੋਂ ਹੀ ਟੁੱਟ ਗਿਆ, ਮਨੁੱਖ ਰੱਬ ਤੋਂ ਟੁੱਟ ਗਿਆ, ਉਹਦੀ ਹਾਲਤ ਇਹ ਬਣ ਗਈ, ਉਹ ਆਪਣੇ ਆਪਣੇ ਇਸ਼ਟ ਦੇ ਉਸ ਕੌਨਸੈਪਟ ਦੇ ਵਿੱਚ ਹੀ ਪੈ ਕੇ ਅਤੇ ਬਿਲਕੁਲ ਗਵਾਚ ਗਿਆ। ਇਸ਼ਟ ਦਾ ਤਸੱਵਰ ਐਸਾ ਹੋਏ, ਇਸ਼ਟ ਇੱਕ ਦਰਿਆ ਦੀ ਤਰ੍ਹਾਂ ਵੱਗੇ, ਆਪਣੀ ਉਮਤ ਨੂੰ ਨਾਲ ਲੈ ਕੇ, ਜਿਵੇਂ ਦਰਿਆ ਸਮੁੰਦਰ 'ਚ ਡਿੱਗਦਾ, ਅਤੇ ਨਾ ਇਸ਼ਟ ਰਹਿੰਦਾ ਨਾ ਉਹਦੀ ਉਮਤ ਰਹਿੰਦੀ, ਇਕੱਲਾ ਕੀ ਰਹਿੰਦਾ, ਸਮੁੰਦਰ ਹੀ ਰਹਿ ਜਾਂਦਾ। ਕਦੀ ਆਪਣੇ ਗ੍ਰੀਟਿੰਗਸ ਪੜ੍ਹੋ ਤੁਸੀਂ, ਯਸ ਉਹਨਾਂ ਨੂੰ ਵਿਚਾਰੋ ਕਦੇ ਧਿਆਨ ਦੇ ਨਾਲ, ਸਾਡਾ ਜਿਹੜਾ ਗ੍ਰੀਟਿੰਗ ਆ, ਅਸੀਂ ਜਦੋਂ ਇੱਕ ਦੂਜੇ ਨੂੰ ਮਿਲਣਾ ਆ, ਅਸੀਂ ਜੋ ਇੱਕ ਦੂਜੇ ਨਾਲ ਦੁਹਰਾ ਕੇ ਕਹਿਣਾ, ਅਹਿਦਨਾਮਾ ਸਾਡਾ, ਅਹਿਦਨਾਮਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਬਿਲੋਂਗ ਟੂ ਵਾਹਿਗੁਰੂ। ਇੱਥੇ ਆਪ ਜਿਸਨੇ ਇਹ ਸਾਰਾ ਕੁਝ ਬਖਸ਼ਿਆ, ਉਹਨੇ ਆਪਣਾ ਜ਼ਿਕਰ ਵੀ ਨਹੀਂ ਲਿਆ। ਕਿਉਂ ਲਿਆਉਂਦਾ? ਕਿਉਂਕਿ ਉਹ ਦਰਿਆ ਦੀ ਤਰ੍ਹਾਂ ਵੱਗਿਆ, ਜਾ ਕੇ ਸਮੁੰਦਰ 'ਚ ਪੈ ਗਿਆ। ਉਸਨੂੰ ਕਿਸੇ ਨੇ ਪੁੱਛਿਆ ਵੀ, ਕਮਾਲ ਕਰਦੇ ਬਾਈ, ਇਹ ਤੇ ਤੁਹਾਡੀ ਮੌਜ ਹੀ ਹੈ, ਅਸੀਂ ਕਹਿੰਦੇ ਗੁਰੂ ਦੀ ਮੌਜ ਹੈ ਜੀ, ਉਹਦੇ 'ਚੋਂ ਪ੍ਰਗਟ ਹੋਇਆ। ਉਹਨੂੰ ਪੁੱਛਿਆ, ਅੱਛਾ ਤੂੰ ਆਪਣੀ ਮੌਜ ਸਾਰਾ ਕੁਝ ਕਰਤਾ? ਕਹਿੰਦਾ ਇਹ ਨਹੀਂ ਹੈਗਾ। ਕਿਉਂ? ਕਹਿੰਦੇ ਸੱਚ ਇਹ ਹੈ, ਨਾ ਤੇ ਇਹ ਮੇਰੇ ਬੰਦੇ ਨੇ, ਮੇਰੀ ਫੌਜ ਆ, ਨਾ ਤੇ ਇਹ ਮੇਰੀ ਆਰਮੀ ਆ, ਨਾ ਇਹ ਮੇਰੇ ਤੋਂ ਬਿਲੋਂਗ ਕਰਦੇ ਨੇ, ਤੇ ਨਾ ਇਹ ਮੇਰੀ ਮੌਜ ਦੀ ਆਮਦ ਆ। ਇਹ ਫਿਰ ਕਿਵੇਂ ਆ? ਅਸੀਂ ਸ਼ਬਦ ਕੀ ਪੜ੍ਹਦੇ ਹਾਂ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਔਰ ਮਹਾਤਮ ਕੀ ਮੌਜ, ਮੈਂ ਹੈ ਹੀ ਨਹੀਂ। ਇਹ ਜਿਹੜੀ ਚੀਜ਼ ਆ, ਇਹਨੂੰ ਕਿਹਾ ਗਿਆ ਉਹ, ਤੇ ਅਸੀਂ ਕਈ ਵਾਰੀ ਇਸ ਚੀਜ਼ ਨੂੰ ਵਿਜਨ ਨਹੀਂ ਕਰ ਪਾਏ। ਅੱਛਾ, ਗੈਰ ਸਿੱਖ ਵਿਜਨ ਕਰ ਗਿਆ ਸਾਨੂੰ, ਮੁਸਲਮਾਨ ਆ, ਉਹ ਕਹਿੰਦਾ ਕਿਸ ਸ਼ਾਨਕਾਰ ਉਤਬਾ ਤੇਰਾ, ਅੱਲਾਹ ਗਨੀ ਹੈ, ਮਸਕੀਨ ਗਰੀਬੋਂ ਮੇਂ ਦਲੇਰੋਂ ਮੇਂ ਜ਼ਰੀ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਅੱਲਾਹ ਗਨੀ ਹੋ, ਬਸ ਗਨੀਮਤ ਹੈ ਹੀ। ਇੰਝ ਲੱਗਦਾ ਆ ਜੋ ਅੱਲਾਹ ਕਰਦਾ, ਜੋ ਅੱਲਾਹ ਵਿਚਰਦਾ, ਜਿਸ ਰੂਪ ਵਿੱਚ ਉਸੇ ਤਰੀਕੇ ਨਾਲ ਵਿਚਰ ਰਹੇ ਹੋ, ਅੱਲਾਹ ਦੇ ਸਿੰਘਾਸਨ 'ਤੇ ਤੁਸੀਂ ਬੈਠੇ ਹੋ, ਆਹ ਬਾਤ ਹੋ ਰਹੀ ਹੈ। ਇਹ ਇਹ ਅਹਿਸਾਸ ਆ ਕਿਆ, ਸਫਲ ਜਨਮ ਹਰ ਜਨ ਕੋ ਉਪਜੋ ਜਿਨ ਕਿਨੂੰ ਸੌਂਤ ਵਿਧਾਤਾ। ਰੱਬ ਨੇ ਉੱਤਰ ਨਖੱਤਰ ਹੀ ਰਹਿ ਜਾਣਾ ਸੀਗਾ, ਉਹਦਾ ਨਾਂ ਲੈਣ ਵਾਲਾ ਕੌਣ ਸੀਗਾ? ਰੱਬ ਦੇ ਨਾਂ ਨੂੰ, ਸਾਡਾ ਘਰ ਨਾਮ ਦਾ ਘਰ ਹੈ, ਅਤੇ ਨਾਮ ਕਿਹਦਾ ਆ? ਨਾਮ ਵਾਹਿਗੁਰੂ ਦਾ ਆ, ਨਾਮ ਉਹਦਾ ਆ ਜਿਹਦੀ ਹਸਤੀ, ਜਿਹਦੀ ਹੋਂਦ ਕਰਕੇ ਸਾਡੀ ਸਾਰਿਆਂ ਦੀ ਹੋਂਦ ਆ। ਇਸੇ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਖਿਆਲ ਵਿੱਚੋਂ ਇੱਕ ਹੀ ਸਿੱਖਿਆ ਦ੍ਰਿੜ ਕਰਾਈ ਜਾ ਰਹੀ ਹੈ ਲਗਾਤਾਰ, ਹਰ ਅਰਦਾਸ ਇੱਥੇ ਆ ਕੇ ਮੁੱਕ ਰਹੀ ਹੈ, ਇਸ ਚੀਜ਼ ਨੂੰ ਦ੍ਰਿੜ ਕਰ ਲੈ, ਨਾਨਕ ਨਾਮ ਚੜ੍ਹਦੀ ਕਲਾ, ਨਾਮ ਚੜ੍ਹਦੀ ਕਲਾ, ਨਾਮ ਦੇ ਸਦਕਾ ਹੀ, ਨਾਮ ਦੇ ਜ਼ਰੀਏ ਹੀ, ਨਾਮ ਹੀ ਇੱਕ ਸੋਰਸ ਹੈ ਜਿਹਦੇ ਨਾਲ ਤੂੰ ਚੜ੍ਹਦੀ ਕਲਾ, ਦ ਹਾਈਐਸਟ ਲੈਵਲ ਆਫ ਸਪਿਰਿਟ ਤੂੰ ਮਾਣ ਸਕਣਾ ਧਰਤੀ ਦੇ ਉੱਤੇ। ਸੋ ਨਾਮ ਉਹਦਾ ਹੀ ਨਾਮ ਰਹੋ, ਉਹਨੇ ਰਹਿਣਾ ਆ, ਉਹੀ ਰਹਿਣ ਯੋਗ ਉਚਰਿਆ। ਇੱਥੇ ਬਾਤ ਆਈ, ਜਦੋਂ ਉਸ ਨਾਮ ਦੇ ਘਰ, ਨਾਮ ਦੀ ਉਸ ਕੋਰਟ ਵਿੱਚ ਗੁਰੂ ਜਦੋਂ ਪ੍ਰਜੈਂਟ ਹੋ ਰਿਹਾ ਆ ਚੌਥੇ ਰੂਪ ਦੇ ਵਿੱਚ,
ਤੇ ਇੰਜ ਲੱਗ ਰਿਹਾ ਜਿਵੇਂ ਉਸ ਨਾਮ ਦਾ ਦਾਤਾ, ਜਿਹਦੇ ਨਾਮ ਦੀ ਸੌਗਾਤ, ਜਿਹਦੇ ਨਾਮ ਦਾ ਪ੍ਰਸ਼ਾਦ ਗੁਰੂ ਨੇ ਵੰਡਿਆ ਗੁਰਪ੍ਰਸਾਦ ਦੇ ਜ਼ਰੀਏ, ਅੱਜ ਉਹ ਆਪ ਸਿੰਘਾਸਨ ਤੋਂ ਖੜਾ ਹੋ ਗਿਆ ਹੈ ਅਤੇ ਉਹਨੇ ਅਹਿਸਾਸ ਕਰਾਇਆ ਆ ਮੇਰਾ ਹੀ ਰੂਪ ਮੈਨੂੰ ਮਿਲਣ ਵਾਸਤੇ ਆਇਆ ਆ। ਉਹ ਆਪਣੇ ਰੂਪ ਵਿੱਚ ਉਹਨੂੰ ਅਮਾ ਲੈਂਦਾ ਆ, ਉਹਨੂੰ ਆਪਣੇ ਸਿੰਘਾਸਨ 'ਤੇ ਬਿਠਾ ਲੈਂਦਾ ਆ। ਹੁਣ ਬਚਨ 'ਤੇ ਆਇਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ। ਹਰੀ ਨੇ ਆਪ ਸਿੰਘਾਸਨ ਦੇ ਕੇ ਆਪਣੇ ਸਿੰਘਾਸਨ 'ਤੇ ਗੁਰੂ ਰਾਮਦਾਸ ਸਾਹਿਬ ਨੂੰ ਬਿਠਾ ਦਿੱਤਾ। ਰਹੱਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ। ਜਿਹੜੇ ਸੁਰ ਲੋਕ ਸੀ, ਸੁਰ ਦੇਵ ਮੀਨ ਦੇਵਤੇ ਸੀਗੇ, ਉਹਨਾਂ ਨੂੰ ਰਹੱਸ ਖੁਸ਼ੀ ਹੋਈ, ਇੰਤਹਾ ਦੀ ਖੁਸ਼ੀ ਹੋਈ, ਚਾਅ ਚੜ੍ਹ ਗਿਆ ਉਹਨਾਂ ਨੂੰ। ਇਸ ਤਰ੍ਹਾਂ ਸਮਝੀਏ, ਮਨੁੱਖੀ ਨੇਚਰ ਆ, ਜਦੋਂ ਵਡਿਆਈ ਮਿਲਦੀ ਨਾ ਆਪਣੇ ਆਪ ਨੂੰ, ਤੇ ਬੰਦਾ ਵਡਿਆਈ ਦੂਜਿਆਂ ਨੂੰ ਦਿਖਾਉਣੀ ਚਾਹੁੰਦਾ, ਕਾਸ ਵਾਸਤੇ ਕਿ ਮੇਰੀ ਵਡਿਆਈ ਵਿੱਚ ਖੁਸ਼ ਹੋਣ, ਇਸ ਵਾਸਤੇ ਕਿ ਮੈਂ ਦਿਖਾਵਾਂ ਮੈਂ ਤੁਹਾਡੇ ਤੋਂ ਵੱਡਾ ਹੋ ਗਿਆ ਵਾਂ, ਤੇ ਜਦੋਂ ਮੈਂ ਕਿਸੇ ਨੂੰ ਇਹ ਦਿਖਾਵਾਂਗਾ ਮੈਂ ਤੁਹਾਡੇ ਤੋਂ ਵੱਖਰਾ ਤੇ ਵੱਡਾ ਹੋ ਗਿਆ, ਤੁਹਾਡੇ ਮਨ ਵਿੱਚ ਕੀ ਆਏਗੀ? ਮੇਰੇ ਪ੍ਰਤੀ ਜੈਲਸ। ਇਹੀ ਸੰਸਾਰ ਦੀ ਸੱਚਾਈ ਹੈ। ਅਸੀਂ ਈਰਖਾ ਵਿੱਚ ਜੀਂਦੇ ਹਾਂ, ਦੁਆਇਖ ਵਿੱਚ ਜੀਂਦੇ ਹਾਂ, ਆਪਣੇ ਹੀ ਘਰਾਂ ਦੇ ਵਿੱਚ ਇੱਕ ਦੂਜੇ ਤੋਂ ਨਾਲ ਅਸੀਂ ਰਿਵੈਲਰੀ ਰੱਖਦੇ ਹਾਂ, ਅਸੀਂ ਰਿਵੈਲੀਅਸ ਹੋ ਜਾਂਦੇ ਹਾਂ ਇੱਕ ਦੂਜੇ ਤੋਂ। ਅਸੀਂ ਇੱਕ ਤਰੀਕੇ ਦੇ ਨਾਲ ਜਿਹੜੀ ਇੱਕ ਦੂਜੇ ਦੇ ਨਾਲ ਦੁਸ਼ਮਣੀ ਦਾ ਭਾਵ, ਜਿਹੜੀ ਇਹ ਰੂਪਤਾ ਹੁੰਦਾ ਆ, ਇੱਕ ਅਜੀਬ ਤਰ੍ਹਾਂ ਦਾ ਮਨੁੱਖ ਦੇ 'ਚ ਵਹਿ ਰਿਹਾ। ਮਨੁੱਖ ਕਿਸੇ ਦੀਆਂ ਖੁਸ਼ੀਆਂ ਮਾਨਣ ਵੇਖਣ ਜਾਂਦਾ ਅਤੇ ਕਹਿ ਇਹ ਰਿਹਾ ਹੁੰਦਾ ਇਹਦੀ ਖੁਸ਼ੀ 'ਚ ਵਾਧਾ ਕਰਨ ਲਈ ਜਾ ਰਹੇ ਹਾਂ, ਅਤੇ ਚਿੱਤ ਦੇ ਵਿੱਚ ਖੁਸ਼ੀ ਵੇਖ ਕੇ ਅੰਦਰ ਚਾਹ ਦੀ ਥਾਂ 'ਤੇ ਭਾਂਬੜ ਜ਼ਿਆਦਾ ਮੱਚਦੇ ਵੀ ਆਹ ਕੀ ਬਣਿਆ, ਮੈਂ ਤਾਂ ਬੜਾ ਪਿੱਛੇ ਰਹਿ ਗਿਆ, ਇਹ ਤਾਂ ਅੱਗੇ ਲੰਘ ਗਿਆ, ਆਹ ਕੀ ਹੋ ਗਿਆ, ਇਹ ਹਿਊਮਨ ਨੇਚਰ ਆ। ਹਾਂ, ਜੇ ਕੋਈ ਇਹ ਤੋਂ ਪਾਰ ਪੈ ਜੇ, ਜੇ ਕੋਈ ਕਿਸੇ ਦੀ ਖੁਸ਼ੀ ਵੇਖ ਕੇ ਉਸ ਖੁਸ਼ੀ 'ਚ ਖੀਵਾ ਹੋ ਜਾਏ, ਯਾਦ ਤਾਂ ਉਹ ਕਹਿੰਦੇ ਨੇ ਪਾਗਲ ਹੈ, ਉਹਨੂੰ ਪਤਾ ਨਹੀਂ ਗਾ ਵੀ ਖੁਸ਼ੀ 'ਚ ਪਾਗਲ ਨਹੀਂ ਹੋਈਦਾ, ਬੇਗਾਨੀ ਸ਼ਾਦੀ ਮੈਂ ਬਦੁੱਲਾ ਦੀਵਾਨਾ ਐਵੇਂ ਥੋੜ੍ਹਾ ਬਣੀਦਾ ਹੁੰਦਾ, ਆਪਣੇ ਆਪ ਨੂੰ ਫਿਰ ਵੀ ਸੰਕੋਚ ਕੇ ਰੱਖੀਦਾ ਆ, ਮਤਲਬ ਇਸ ਰੂਪ ਵਿੱਚ, ਅਤੇ ਜਾਂ ਫਿਰ ਉਹ ਸੰਤ ਹੈ, ਫਿਰ ਉਹ ਬਿਲਕੁਲ ਰੱਬ ਦਾ ਰੂਪ ਆ, ਉਹ ਸਿਰਫ ਅਸੀਸ ਹੀ ਦੇ ਰਿਹਾ ਆ, ਉਹ ਫਿਰ ਬਿਲਕੁਲ ਸੱਤ ਦੇ ਰੂਪ ਵਿੱਚ ਵਰਤ ਰਿਹਾ ਹੈ। ਸੋ ਇਸ ਰੂਪ ਵਿੱਚ, ਜਿਹੜਾ ਇਸ ਰੂਪ ਵਿੱਚ ਹੋ ਜਾਏ ਸੰਤ ਰੂਪ ਵਿੱਚ, ਉਹ ਦੇਵਤਾ ਹੈ, ਉਹ ਫਿਰ ਜੈ ਜੈਕਾਰ ਕਰਦਾ ਆ, ਉਹ ਫਿਰ ਸਿਰਫ ਇੱਕੋ ਰੂਪ ਦੇ ਵਿੱਚ ਵਰਤਦਾ ਕਿ ਉਹ ਸੱਚ ਨੂੰ, ਹਕੀਕਤ ਨੂੰ ਜਾਂ ਗੁਣਾਂ ਨੂੰ ਵਡਿਆਉਂਦਾ। ਬਚਨ ਆਇਆ, ਰਹੱਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ। ਹੇ ਗੁਰੂ ਰਾਮਦਾਸ, ਉਹ ਸੁਰ ਲੋਕ ਤੇਰੇ ਜਿਹੜਾ ਖੁਸ਼ੀ ਨੂੰ, ਤੇਰੀ ਉਸਤਤ ਨੂੰ ਵੇਖ ਕੇ ਜੈ ਜੈ ਜੰਪੈ, ਉਹ ਜੈ ਜੈਕਾਰੇ ਛੱਡ ਰਹੇ ਨੇ, ਜੈ ਜੈਕਾਰ ਦੀ ਆਵਾਜ਼ ਦੇ ਰਹੇ ਨੇ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ। ਅਸੁਰ ਭੱਜ ਗਏ, ਅਸੁਰ ਰਾਕਸ਼ਾਂ ਨੂੰ ਕਿਹਾ ਜਾਂਦਾ ਹੈ, ਅਤੇ ਵੈਸੇ ਰਾਕਸ਼ ਜਿਹੜੇ ਨੇ ਇਹ ਕਿੱਥੇ ਬਾਹਰ ਨਹੀਂ ਹੁੰਦੇ, ਇਹ ਮਨੁੱਖ ਦੇ ਸੁਭਾਅ ਦੀਆਂ ਬਿਰਤੀਆਂ ਜੀ ਆ ਕੇ ਬੈਠਦੇ ਨੇ। ਮੈਂ ਇੱਕੋ ਸਮੇਂ ਰਾਕਸ਼ ਵੀ ਹੋ ਸਕਦਾ, ਦੇਵਤਾ ਵੀ ਹੋ ਸਕਦਾ ਹੈ, ਮੈਂ ਸੇਮ ਮਨੁੱਖ ਰਾਕਸ਼ ਵੀ ਬਣ ਸਕਦਾ, ਮੈਂ ਦੇਵਤਾ ਵੀ ਬਣ ਸਕਦਾ ਹਾਂ। ਅਸੁਰ ਗਏ ਤੇ ਭਾਗ, ਜਿਨ੍ਹਾਂ ਨੇ ਮੈਨੂੰ ਅਸੁਰ ਬਣਾਉਣਾ, ਜੇ ਉਹ ਦੂਰ ਹਟ ਜਾਣ, ਮੇਰੇ ਤੋਂ ਚਲੇ ਜਾਣ। ਇਹਨਾਂ ਹੀ ਸਵਈਆਂ ਦੇ, ਜਦੋਂ ਸ਼ੁਰੂ 'ਚ ਸਵਈਏ ਗੁਰੂ ਨਾਨਕ ਸਾਹਿਬ ਦੀ ਸਤੁਤੀ 'ਚ ਪੜ੍ਹਦੇ ਨਾ ਅਸੀਂ, ਅਤੇ ਉਹ 'ਚੋਂ ਇੱਕ ਸਵਈਆ ਜਿਹੜਾ ਪਹਿਲੇ ਸਵਈਆ 'ਚ ਆਉਂਦਾ ਹੈ, ਉਹ ਆਉਂਦਾ ਹੈ ਕਿ ਜਿਹੜਾ ਗੁਰੂ ਨਾਨਕ ਮਹਾਰਾਜ ਦੀ ਸਤੁਤੀ ਹੈ ਨਾ, ਉਹ ਹੈ ਵੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗੁਰੂ ਨਾਨਕ ਮਹਾਰਾਜ ਦੀ ਮੈਂ ਸਤੁਤੀ ਕਰਦਾ, ਭੱਟ ਸਾਹਿਬਾਨ ਕਹਿੰਦੇ, ਅਤੇ ਸਤੁਤੀ ਇਸ ਕਰਕੇ ਕਰਦਾ ਕਿਉਂਕਿ ਉਹ ਪਰਮ ਗੁਰੂ ਨੇ, ਮੀਨ ਸੁਪੀਰੀਅਰ ਮਾਸਟਰ ਹੈ, ਜਿਹੜਾ ਜੀਵਨ ਦੀ ਸੱਚੀ ਸਿੱਖਿਆ ਦੇ ਰਿਹਾ ਹੈ। ਕਿਹਾ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ, ਦੁਰਤ ਉਹ ਦੁਰਤ ਦੀ ਨਿਵਿਰਤੀ ਕਰ ਦਿੰਦਾ ਹੈ, ਸ਼ਬਦ ਸਰੇ, ਸ਼ਬਦ ਦੇ ਜ਼ਰੀਏ। ਇਸ ਤਰ੍ਹਾਂ ਸਮਝ ਲਈਏ, ਬੱਚਾ ਆ, ਬੱਚੇ ਨੂੰ ਤੁਸੀਂ ਡਰਾ ਕੇ, ਕੁੱਟ ਕੇ, ਮਾਰ ਕੇ ਕੋਈ ਚੰਗਾ ਕੰਮ ਕਰਾ ਲੈਂਦੇ ਹੋ, ਠੀਕ ਹੈ,
ਤੁਹਾਡੇ ਮਨ 'ਚ ਸ਼ਾਂਤੀ ਆਉਂਦੀ, ਮੈਂ ਇਹਨੂੰ ਕੁੱਟ ਕੇ ਡਰਾ ਕੇ ਝਿੜਕ ਕੇ ਚੰਗਾ ਕੰਮ ਕਰਾ ਲਿਆ, ਗਲਤ ਹੋ ਗਿਆ, ਕੰਮ ਤਾਂ ਚੰਗਾ ਹੋ ਗਿਆ ਪਰ ਤਰੀਕਾ ਗਲਤ ਹੋ ਗਿਆ, ਤੁਹਾਡੇ ਅੰਦਰ ਗਿਲਟ ਰਹੇਗਾ ਲਾਈਫ ਟਾਈਮ, ਬੜਾ ਮਾਰਿਆ ਇਹਨੂੰ, ਬੜਾ ਝਿੜਕਿਆ ਇਹਨੂੰ, ਬੜਾ ਕੁੱਟਿਆ ਇਹਨੂੰ, ਕੰਮ ਠੀਕ, ਕੰਮ ਨਾ ਠੀਕ, ਮਾਰਿਆ ਝਿੜਕੇ ਕੀਤਾ, ਗਲਤ ਹੋ ਗਿਆ, ਬੱਚੇ 'ਚ ਮਨ 'ਚ ਰਹੇਗਾ ਇੱਥੋਂ। ਇਹ ਇਹ ਚੀਜ਼ਾਂ ਇਹੀ ਐਨਮਿਟੀ ਕ੍ਰੀਏਟ ਕਰਦੀਆਂ ਨੇ। ਅੱਛਾ ਜੇ ਕਿਤੇ ਤੁਹਾਨੂੰ ਢੰਗ ਆ ਜਾਏ, ਤੁਹਾਨੂੰ ਕੁੱਟਣਾ ਵੀ ਨਾ ਪਏ ਅਤੇ ਕੰਮ ਵੀ ਚੰਗਾ ਹੋ ਜਾਏ, ਹੈ ਨਹੀਂ ਕਮਾਲ? ਇਹ ਸ਼ਬਦ ਦਾ ਰਾਹ ਹੈ ਜੀ, ਇਹ ਸ਼ਬਦ ਦਾ ਰਾਹ ਹੈ। ਇੱਥੇ ਭੱਟ ਸਾਹਿਬਾਨ ਕਹਿੰਦੇ ਗੁਰੂ ਦੀ ਆਭਾ ਦੇਖੋ ਕਮਾਲ ਹੈ, ਗਾਮੂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ, ਦੁਰਤਾਂ ਦੀ ਨਿਰਵਿਰਤੀ ਕਰਦਾ ਸ਼ਬਦ ਸਰੇ, ਸ਼ਬਦ ਦੇ ਜ਼ਰੀਏ, ਇਹ ਖਾਸੀਅਤ ਆ। ਸੋ ਇਹ ਉਹਦੇ ਨਾਲ ਹੁੰਦਾ ਕਿ ਅਸੁਰ ਭੱਜ ਜਾਂਦੇ, ਅਸੁਰ ਬਿਰਤੀਆਂ ਦੌੜ ਜਾਂਦੀਆਂ, ਰਾਕਸ਼ ਦੇਵਤੇ ਬਣ ਜਾਂਦੇ, ਇੱਥੇ ਮਾੜੇ ਚੰਗੇ ਹੋ ਜਾਂਦੇ, ਇੱਥੇ ਚੋਰ ਸਾਧ ਬਣ ਜਾਂਦੇ। ਉਹਦਾ ਉਹਦਾ ਵਾਕ ਲਿਖਿਆ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਪਾਪਾਂ ਨੂੰ ਮਨੁੱਖ ਦੇ ਹਿਰਦੇ 'ਚ ਆਉਂਦਿਆਂ ਡਰ ਲੱਗੇ, ਉਹ ਕਹਿਣ ਇੱਥੇ ਨਹੀਂ ਜਾਣਾ, ਕਿਉਂ? ਕਿਉਂਕਿ ਪਾਪਾਂ ਨੂੰ ਇੱਥੇ ਥਾਂ ਹੀ ਨਹੀਂ ਦਿੰਦਾ। ਆਪ ਅੰਦਾਜ਼ਾ ਲਾਓ, ਬੰਦਾ ਬੰਦਾ ਪਾਪਾਂ ਨੂੰ ਜੀ ਆਇਆ ਕਹਿੰਦਾ ਆ, ਇੱਥੇ ਹਾਲਤ ਇਹ ਬਣ ਗਈ, ਪਾਪ ਉਹਦੇ ਤੋਂ ਕੰਪਣ, ਕਾਂ ਪਾਪ ਉਹਦੇ ਤੋਂ ਡਰਨ ਯਰਕਣ, ਵੀ ਦੇਖੀ ਸਾਡੇ ਅਸੀਂ ਉਸ ਬੰਦੇ ਦਾ। ਕਹਿੰਦੇ ਸਿੱਖੀ ਦਾ ਘਰ ਸ਼ਹੀਦਾਂ ਦਾ ਘਰ ਆ, ਅਤੇ ਸਾਡੇ ਬਾਬਤ ਪ੍ਰੋਫੈਸਰ ਪੂਰਨ ਸਿੰਘ ਕਿਲਗਾ ਲਿਖਦੇ, ਜਿਹੜਾ ਸਾਡਾ ਸ਼ਹੀਦਾਂ ਦਾ ਘਰ ਆ, ਜਦੋਂ ਸ਼ਹੀਦਾਂ ਦਾ ਨਾਮ ਤੁਹਾਡੀ ਜ਼ਬਾਨ 'ਤੇ ਆਉਂਦਾ, ਬਜਰ ਤੋਂ ਬਜਰ ਪਾਪ ਤੁਹਾਨੂੰ ਛੱਡ ਕੇ ਦੌੜ ਜਾਂਦੇ। ਇਹ ਇੱਕ ਇਹੀ ਸੁੱਚਮਤਾ ਦਾ ਰੂਪ ਆ ਅਸਲ ਵਿੱਚ। ਇੱਥੇ ਭੱਟ ਸਾਹਿਬਾਨ ਜ਼ਿਕਰ ਕਰਦੇ, ਅਸੁਰ ਗਏ ਤੇ ਪਾਪ ਭਾਗ ਪਾਪ ਤਿੰਨ ਪੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰ ਹੋ ਕੇ, ਗੁਰੂ ਰਾਮਦਾਸ ਜਿਨ ਪਾਇਓ, ਉਹਨਾਂ ਦੇ ਪਾਪ ਹੀ ਕੱਟੇ ਗਏ ਜਿਹਨਾਂ ਨੇ ਗੁਰੂ ਰਾਮਦਾਸ ਸਾਹਿਬ ਨੂੰ ਪਾ ਲਿਆ, ਜਿਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਦੀ ਸਮਝ ਲੱਗ ਗਈ ਨਾ, ਜਿਹਨੂੰ ਇੱਥੇ ਗੁਰੂ ਰਾਮਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਕੀ ਹੈ, ਗਾਲਬਨ 30 ਰਾਗਾਂ ਜਿਹਨੇ ਬਾਣੀ ਰਚੀ ਹੋਏ, ਜਿਹਦਾ ਸਾਰਾ ਪ੍ਰਤਾਪ ਹੀ ਬਾਣੀ, ਜਿਹੜਾ ਬਚਨ ਪੜ੍ਹਦੇ ਨਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਗੁਰੂ ਰਾਮਦਾਸ ਸਾਹਿਬ ਦਾ ਲਿਖਿਆ, ਜਿਹਨੇ ਇਸ ਚੀਜ਼ ਨੂੰ ਪਾ ਲਿਆ। ਬਚਨ ਆਇਆ, ਕਾਟੇ ਸੋ ਪਾਪ ਤਿੰਦਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਅਤੇ ਗੁਰੂ ਰਾਮਦਾਸ ਸਾਹਿਬ, ਤੁਸੀਂ ਕਮਾਲ ਕਰ ਦਿੱਤੀ, ਤੁਸੀਂ ਜੋਤੀ ਜੋਤ ਸਮਾ ਗਏ, ਤੱਤਾਂ 'ਚ ਤੱਤ ਵਲੀਨ ਕਰ ਦਿੱਤੇ ਆਪਣੀ ਮਡੋਲੀ ਦੇ, ਪਰ ਜਿਹੜਾ ਉਹ ਸੱਚ ਦਾ ਸਿੰਘਾਸਨ ਸੀਗਾ, ਸੁੰਜਾ ਨਹੀਂ ਛੱਡਿਆ, ਉਹ ਛੱਤ ਜਿਹੜਾ ਛਤਰ ਸਿੰਘਾਸਨ ਪ੍ਰਿਥਵੀ, ਸਾਰੀ ਧਰਤੀ ਦਾ ਸਭ ਤੋਂ ਵੱਡਾ ਸਿੰਘਾਸਨ, ਜਿਹੜਾ ਸਭ ਤੋਂ ਵੱਡਾ ਛਤਰ ਜਿਹੜਾ ਹੈ, ਗੁਰੂ ਅਰਜਨ ਕੋ ਦੇ ਆਇਓ, ਉਹ ਗੁਰੂ ਅਰਜਨ ਸਾਹਿਬ ਦੇ ਸਿਰ 'ਤੇ ਚਲਾ ਦਿੱਤਾ। ਸਾਹਿਬ ਮਿਹਰਾਮਤ ਕਰਨ ਬਹੁਤ ਕੁਝ ਕਿਹਾ ਜਾ ਸਕਦਾ ਹੈ, ਬੜਾ ਕੁਝ ਦੇ ਬਾਰੇ ਹੋਰ ਦੱਸਿਆ ਜਾ ਸਕਦਾ ਹੈ, ਪਰ ਸਮਾਂ ਸੀਮਤ ਹੈ, ਸਮਾਂ ਸਮਾਪਤ ਹੋ ਗਿਆ। ਭੁੱਲਾਂ ਗਲਤੀਆਂ ਲਈ ਮਾਫ਼ੀ, ਸਰਵਣ ਕਰਨ ਵਾਸਤੇ ਧੰਨਵਾਦ। ਭਾਈ ਸਾਹਿਬ ਅਗਲੀ ਸਮਾਪਤੀ ਸਾਰੀ ਕਰਾਉਣਗੇ, ਮੈਂ ਇਜਾਜ਼ਤ ਚਾਹਾਂਗਾ, ਭੁੱਲਾਂ ਨਾ ਚਤਾਰਦੇ ਹੋਏ ਆਵਾਜ਼ ਦੇ ਕੇ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।